ਠੀਕ ਹੈ। ਕੱਲ ਆਪਾਂ ਅੰਗ ਸੰਗ ਕਹਾਣੀ ਵਿੱਚ ਪੜ੍ਹ ਰਹੇ ਸੀਗੇ ਕਿ ਅਮਰੀਕ ਸਿੰਘ ਹੈ, ਉਹਦਾ ਪਿਤਾ ਹੈ ਕਰਤਾਰ ਸਿੰਘ, ਉਹਨੂੰ ਪਹਿਲਾਂ ਬਹੁਤ ਜ਼ਿਆਦਾ ਪਿਆਰ ਕਰਦਾ ਹੈ, ਠੀਕ ਹੈ, ਕਿਉਂਕਿ ਛੋਟੇ ਹੁੰਦੇ ਉਹਦੀ ਇੱਕ ਛਵੀ ਇਦਾਂ ਦੀ ਬਣੀ ਹੋਈ ਸੀ ਉਹਦੇ ਪਿਤਾ ਦੀ ਕਿ ਉਹ ਆਪਣੇ ਬੱਚੇ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਹੈ। ਪਰ ਹੌਲੀ ਹੌਲੀ ਉਹਨੂੰ ਇਦਾਂ ਪਤਾ ਲੱਗਦਾ ਹੈ ਕਿ ਉਹਦਾ ਪਿਤਾ ਜਿਹੜਾ ਹੈ ਉਹ ਨਸ਼ੇ ਕਰਦਾ ਹੈ, ਠੀਕ ਹੈ, ਨਸ਼ੇ ਦੀ ਹਾਲਤ ਵਿੱਚ ਉਹਨੇ ਸਾਰਾ ਆਪਣਾ ਜਿਹੜੀ ਜ਼ਮੀਨ ਸੀਗੀ ਉਹ ਗਹਿਣੇ ਪਾ ਦਿੱਤੀ ਸੀ, ਠੀਕ ਹੈ। ਤੇ ਉਹ ਇਸ ਤਰ੍ਹਾਂ ਹੀ ਸੋਚਦਾ ਸੋਚਦਾ ਫਲੈਸ਼ਬੈਕ ਵਿੱਚ ਜਾਂਦਾ ਹੈ ਕਿ ਕਿਸ ਤਰ੍ਹਾਂ ਉਹਦਾ ਪਿਤਾ ਪਹਿਲਾਂ ਉਹਨੂੰ ਸਕੂਲ ਛੱਡਣ ਜਾਂਦਾ ਸੀ, ਉਹਨੂੰ ਪਹਿਲੀ ਜਮਾਤ ਵਿੱਚ ਦਾਖਲ ਕਰਵਾਉਣ ਗਿਆ, ਤੇ ਪਰ ਉਹਦਾ ਪਿਤਾ ਹਮੇਸ਼ਾ ਆਪਣੇ ਕਰਤਾਰ ਸਿੰਘ ਜਿਹੜਾ ਸੀ ਆਪਣੇ ਪਿਤਾ ਦੇ ਪੈਸਿਆਂ ਤੇ ਐਸ਼ ਕਰਦਾ ਸੀ, ਕਿਉਂਕਿ ਕਰਤਾਰ ਸਿੰਘ ਦਾ ਜਿਹੜਾ ਪਿਤਾ ਸੀ ਉਹ ਸਿੰਗਾਪੁਰ ਰਹਿੰਦਾ ਸੀ, ਠੀਕ ਹੈ, ਤੇ ਉਹਨੂੰ ਪੈਸੇ ਬਹੁਤ ਭੇਜਦਾ ਸੀ, ਇਸ ਲਈ ਉਹ ਬੜੇ ਠਾਠ ਬਾਠ ਦੇ ਨਾਲ ਚਿੱਟੇ ਕੱਪੜੇ ਪਾ ਕੇ ਉਹਨੇ ਵੱਖ ਵੱਖ ਤਰ੍ਹਾਂ ਦੇ ਸ਼ੌਂਕ ਪਾਲੇ ਹੋਏ ਸਨ, ਤੇ ਉਹਨੂੰ ਕਦੀ ਵੀ ਕੋਈ ਵੀ ਕੰਮ ਦਾ ਫਿਕਰ ਨਹੀਂ ਸੀ ਰਹਿੰਦਾ, ਠੀਕ ਹੈ। ਤੇ ਉਸ ਤੋਂ ਬਾਅਦ ਵਿੱਚ ਕਾਫੀ ਉਹਦੇ ਦੋਸਤ ਸਨ ਜਿਹੜੇ ਅਮਰੀਕ ਸਿੰਘ ਨੂੰ ਵੀ ਖੜਾਉਂਦੇ ਰਹਿੰਦੇ ਸਨ, ਕਿਉਂ, ਕਿਉਂਕਿ ਉਹਦੇ ਕੋਲ ਬਹੁਤ ਸਾਰੇ ਪੈਸੇ ਸਨ, ਉਹ ਢਾਣੀਆਂ ਬਣਾ ਕੇ ਟੋਲੀਆਂ ਬਣਾ ਕੇ ਇੱਧਰ ਉੱਧਰ ਘੁੰਮਦਾ ਰਹਿੰਦਾ ਸੀ, ਠੀਕ ਹੈ। ਤੇ ਉਹਨੇ ਕਦੇ ਨਹੀਂ ਸੀ ਸੋਚਿਆ ਕਿ ਮੈਂ ਖੇਤੀਬਾੜੀ ਵੀ ਕਰਨੀ ਹੈ ਜਾਂ ਨਵੇਂ ਬੀਜ ਨਵੀਂ ਖਾਦ ਕਿਸ ਤਰ੍ਹਾਂ ਪਾਣੀ ਹੈ, ਉਹ ਸਿਰਫ ਆਪਣੇ ਪਿਤਾ ਦੇ ਪੈਸਿਆਂ ਤੇ ਐਸ਼ ਕਰਨਾ ਜਾਣਦਾ ਸੀ, ਠੀਕ ਹੈ। ਇੱਥੋਂ ਤੱਕ ਆਪਾਂ ਰੀਡ ਕੀਤਾ ਸੀ। ਨੈਕਸਟ ਦੇਖੋ, ਅਮਰੀਕ ਦੀ ਦਾਦੀ ਕਰਤਾਰ ਸਿੰਘ ਨੂੰ ਇੰਜ ਢਾਣੀਆਂ ਵਿੱਚ ਫਿਰਨ ਤੋਂ ਵਰਜਦੀ ਰਹਿੰਦੀ, ਪਰ ਉਹ ਕਿਸ ਦੀ ਪਰਵਾਹ ਕਰਦਾ ਸੀ, ਪਤਨੀ ਦੀ ਤਾਂ ਜ਼ਰੂਰਤ ਹੀ ਨਹੀਂ ਸੀ ਉਸ ਅੱਗੇ ਉਬਾਸਰੇ, ਠੀਕ ਹੈ। ਹੁਣ ਅਮਰੀਕ ਸਿੰਘ ਦੀ ਦਾਦੀ ਕਰਤਾਰ ਸਿੰਘ ਦੀ ਮਾਤਾ, ਉਹ ਹਮੇਸ਼ਾ ਉਹਨੂੰ ਰੋਕਦੀ ਰਹਿੰਦੀ ਸੀਗੀ ਕਿ ਏਦਾਂ ਉਹ ਟੋਲੀਆਂ ਬਣਾ ਬਣਾ ਕੇ ਨਾ ਘੁੰਮਿਆ ਕਰੇ, ਤੇ ਪਰ ਉਹ ਉਹਦੀ ਗੱਲ ਨਹੀਂ ਸੁਣਦਾ, ਤੇ ਉਹ ਆਪਣੀ ਪਤਨੀ ਜਾਗੀਰ ਕੌਰ ਦੀ ਵੀ ਗੱਲ ਨਹੀਂ ਸੀ ਸੁਣਦਾ, ਤੇ ਜਾਗੀਰ ਕੌਰ ਦੀ ਇੰਨੀ ਹਿੰਮਤ ਵੀ ਨਹੀਂ ਸੀ ਪੈਂਦੀ ਕਿ ਉਹਨੂੰ ਵਰਜੇ, ਉਹਨੂੰ ਰੋਕੇ, ਠੀਕ ਹੈ, ਕਿਉਂਕਿ ਉਹ ਕਹਿੰਦਾ ਸੀਗਾ ਕਿ ਜਨਾਨੀਆਂ ਦਾ ਘਰ ਦੇ ਕੰਮਾਂ ਵਿੱਚ ਬੋਲਣ ਦਾ ਕੋਈ ਵੀ ਹੱਕ ਨਹੀਂ ਬਣਦਾ। ਜਨਾਨੀਆਂ ਦਾ ਕੀ ਕੰਮ ਹੈ ਬੰਦਿਆਂ ਦੇ ਮਾਮਲਿਆਂ ਵਿੱਚ ਦਖਲ ਦੇਣ ਦਾ, ਉਸ ਦਾ ਇਹ ਵਿਚਾਰ ਸੀ। ਤੇ ਇੰਜ ਦਿਨ ਗੁਜ਼ਰਦੇ ਜਾ ਰਹੇ ਸਨ। ਅਮਰੀਕ ਦਾ ਦਾਦਾ ਜੋ 2-4 ਸਾਲਾਂ ਬਾਅਦ ਕਿਧਰੇ ਆਉਂਦਾ ਸੀ, ਅਮਰੀਕ ਦੇ ਜੰਮਣ ਤੇ ਜਦੋਂ ਉਹ ਆਇਆ ਤੇ ਉਦੋਂ 2 ਕੋਠੜੀਆਂ ਅੱਗੇ ਸੁਫਾ ਤੇ ਅੱਗੇ ਬਰਾਂਡਾ ਛਤਵਾ ਕੇ ਆਪ ਉੱਪਰ ਚਵਾਰਾ ਪਾ ਕੇ ਗਿਆ ਸੀਗਾ, ਠੀਕ ਹੈ। ਤੇ ਮਤਲਬ ਜਿਸ ਤਰ੍ਹਾਂ ਅਮਰੀਕ ਜਦੋਂ ਛੋਟਾ ਸੀ, ਉਹਦੇ ਦਾਦਾ ਜੀ ਕਰਤਾਰ ਸਿੰਘ ਦੇ ਪਿਤਾ ਕਦੀ ਕਦੀ ਆਉਂਦੇ ਹੁੰਦੇ ਸਨ ਪਿੰਡ ਸਿੰਗਾਪੁਰ ਤੋਂ, ਤੇ ਉਹ ਪੂਰਾ ਘਰ ਛਤਵਾ ਕੇ ਗਏ ਸਨ, ਅੱਗੇ ਕਮਰੇ ਵਗੈਰਾ ਬਰਾਂਡਾ ਵਗੈਰਾ ਛਤਵਾ ਕੇ ਗਏ ਸਨ। ਉਹ ਕਰਤਾਰ ਸਿੰਘ ਨੂੰ ਬਥੇਰਾ ਸਮਝਾਉਂਦੇ ਕਿ ਫਜ਼ੂਲ ਖਰਚੀ ਵਿੱਚ ਪੈਸਾ ਉਡਾਇਆ ਘੱਟ ਉਡਾਇਆ ਕਰ, ਕੋਈ ਜ਼ਮੀਨ ਹੋਰ ਖਰੀਦ ਲਵੇ। ਉਹ ਦੱਸਦਾ ਕਿਵੇਂ ਉਹ ਰੋਟੀ ਤੋਂ ਆਤਰ ਹੋ ਕੇ ਕਰਜ਼ੇ ਹੇਠਾਂ ਦੱਬੇ ਜਾਣ ਤੇ ਜ਼ਮੀਨ ਗਹਿਣੇ ਪੈ ਜਾਣ ਤੇ ਘਰੋਂ ਨਿਕਲਿਆ ਸੀ, ਤੇ ਕਿਵੇਂ ਉਸਨੇ ਹੌਲੀ ਹੌਲੀ ਗਹਿਣੇ ਪਈ ਸਾਰੀ ਪੈਲੀ ਛੁਡਵਾ ਲਈ ਸੀ। ਉਹ ਬਾਹਰਲੇ ਮੁਲਕਾਂ ਵਿੱਚ ਕੰਮ ਦੀ ਕਦਰ ਬਾਰੇ ਵਿਚਾਰ ਦਿੰਦਾ, ਜਿੱਥੇ ਨਿੱਕੇ ਤੋਂ ਨਿੱਕੇ ਕੰਮ ਕਰਨ ਵਿੱਚ ਕੋਈ ਨਮੋਸ਼ੀ ਨਹੀਂ ਸੀ ਸਮਝੀ ਜਾਂਦੀ, ਠੀਕ ਹੈ। ਹੁਣ ਉਹ ਅਮਰੀਕ ਸਿੰਘ ਦਾ ਜਿਹੜਾ ਦਾਦਾ ਸੀ, ਉਹ ਕਰਤਾਰ ਸਿੰਘ ਨੂੰ ਸਮਝਾਉਂਦਾ ਕੀ ਰਹਿੰਦਾ ਸੀਗਾ ਕਿ ਫਜ਼ੂਲ ਖਰਚੀ ਘੱਟ ਕਰਿਆ ਕਰ, ਠੀਕ ਹੈ। ਤੇ ਉਹ ਆਪਣੀ ਗੱਲ ਦੱਸਦਾ ਕਿ ਕਿੱਦਾਂ ਉਹਨੇ ਰੋਟੀ ਤੋਂ ਦੁਖੀ ਹੋ ਕੇ, ਕਿਉਂਕਿ ਇੱਥੇ ਉਹਨੂੰ ਰੋਟੀ ਵਗੈਰਾ ਨਹੀਂ ਸੀ ਮਿਲਦੀ, ਉਹਦਾ ਕੰਮ ਨਹੀਂ ਸੀ ਚੱਲਦਾ, ਤੇ ਉਹ ਦੁਖੀ ਹੋ ਕੇ ਫਿਰ ਉਹ ਸਿੰਗਾਪੁਰ ਗਿਆ ਸੀਗਾ। ਤੇ ਸਿੰਗਾਪੁਰ ਵਿੱਚ ਹਰ ਇੱਕ ਛੋਟਾ, ਤੁਹਾਨੂੰ ਪਤਾ ਹੀ ਹੈ, ਬਾਹਰਲੇ ਦੇਸ਼ਾਂ ਵਿੱਚ ਕਿਸੇ ਕੰਮ ਨੂੰ ਛੋਟਾ ਜਾਂ ਵੱਡਾ ਨਹੀਂ ਸਮਝਿਆ ਜਾਂਦਾ, ਠੀਕ ਹੈ। ਉੱਥੇ ਹਰ ਇੱਕ ਕੰਮ ਦੀ ਰਿਸਪੈਕਟ ਕੀਤੀ ਜਾਂਦੀ ਹੈ। ਜਿੱਥੇ ਫੋਕੀ ਫੂਫਾਂ ਦੇ ਕੋਈ ਅਰਥ ਨਹੀਂ ਸਨ, ਉੱਥੇ ਕੋਈ ਸ਼ੋਅ ਆਫ ਨਹੀਂ ਕਰਦਾ, ਕੋਈ ਕਿਸੇ ਨੂੰ ਦਿਖਾਉਂਦਾ ਨਹੀਂ ਹੈ, ਕਿਉਂਕਿ ਕਿਸੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ। ਅਮਰੀਕ ਨੂੰ ਯਾਦ ਸੀ ਜਦੋਂ ਉਹਦਾ ਦਾਦਾ ਆਖਰੀ ਵਾਰ ਆਇਆ ਸੀ ਤਾਂ ਉਸਨੇ ਪਿਓ ਨੂੰ ਆਖਿਆ ਸੀ, ਉਹ ਕਰਤਾਰ ਸਿਆਂ, ਜਦੋਂ ਮੈਂ ਆਉਂਦਾ ਸੋਚਦਾ ਤੇਰੇ ਨਾਲ ਕੋਈ ਦਿਲ ਦੀ ਗੱਲ ਕਰਾਂ, ਪਰ ਤੂੰ ਕਿਤੇ ਵਿਹਲੇ ਵਿਹਲੇ ਸੋਫੀ ਹਾਲਤ ਵਿੱਚ ਹੋਵੇ ਤਾਂ ਨਾ। ਸੋਫੀ ਮਤਲਬ ਕਦੀ, ਜੇ ਉਹ ਹਮੇਸ਼ਾ ਨਸ਼ੇ ਕਰਦਾ ਰਹਿੰਦਾ ਸੀ, ਠੀਕ ਹੈ, ਕਰਤਾਰ ਸਿੰਘ। ਤੇ ਕਰਤਾਰ ਸਿੰਘ ਦਾ ਪਿਤਾ ਕਹਿੰਦਾ ਸੀਗਾ ਕਿ ਮੈਂ ਤੇਰੇ ਨਾਲ ਕਈ ਵਾਰੀ ਗੱਲ ਕਰਨੀ ਚਾਹੁੰਦਾ ਹਾਂ, ਪਰ ਤੂੰ ਹਮੇਸ਼ਾ ਨਸ਼ੇ ਵਿੱਚ ਹੀ ਖੁੱਬਿਆ ਰਹਿੰਦਾ ਹੈ, ਠੀਕ ਹੈ। ਇਹਦੇ ਵਿੱਚ ਇੱਕ ਕੁਐਸਚਨ ਲਿਖ ਲਓ, ਬਿਕੋਜ਼ ਆਪਾਂ ਐਕਸਟਰਾ ਕੁਐਸਚਨਸ ਕਰ ਰਹੇ ਹਾਂ, ਸੋ ਜਿੱਥੇ ਕੁਐਸਚਨਸ ਲਿਖੇ ਨੇ ਉਹਨੂੰ ਕੰਟੀਨਿਊ ਕਰੋ। ਕੁਐਸਚਨ ਲਿਖੋ, ਕਰਤਾਰ ਸਿੰਘ ਦਾ ਪਿਤਾ ਉਸਨੂੰ ਕੀ ਸਮਝਾਉਂਦਾ ਰਹਿੰਦਾ ਸੀ, ਕਰਤਾਰ ਸਿੰਘ ਦਾ ਪਿਤਾ ਉਸਨੂੰ ਕੀ ਸਮਝਾਉਂਦਾ ਰਹਿੰਦਾ ਸੀ, ਠੀਕ ਹੈ। ਕੀ ਉਹਨੂੰ ਸਮਝਾਉਂਦਾ ਹੁੰਦਾ ਸੀ, ਫਜ਼ੂਲ ਖਰਚੀ ਘੱਟ ਕਰ, ਫਿਰ ਉਹ ਕਿੱਦਾਂ ਦੁਖੀ ਹੋ ਕੇ ਗਿਆ, ਕਿੱਦਾਂ ਬਾਹਰਲੇ ਦੇਸ਼ਾਂ ਵਿੱਚ ਉਹਨੇ ਕੰਮ ਕੀਤਾ, ਠੀਕ ਹੈ। ਇਹ ਤੁਸੀਂ ਸਾਰਾ ਹੀ ਲਿਖ ਦੇਣਾ ਹੈ। ਕਰ ਤੂੰ ਜਿਹੜੀ ਕਰਨੀ ਹੈ, ਤੇਰੀ ਨਹੀਂ ਤਾਂ ਹੋਰ ਕਿਹਦੀ ਮੰਨਣੀ ਆ, ਤੇਰੇ ਸਿਰ ਤੇ ਬਜ਼ੁਰਗ ਐਸ਼ਾਂ ਕਰਦੇ ਆ। ਪਰ ਕਰਤਾਰ ਸਿੰਘ ਨੇ ਨਾ ਹੀ ਮਕਾਨ ਕਲੀ ਕਰਾਏ ਸਨ ਤੇ ਨਾ ਹੀ ਜ਼ਮੀਨ ਖਰੀਦੀ ਸੀ। ਉਦੋਂ ਹੀ ਛੁੱਟੀ ਕੱਟ ਕੇ ਗਿਆ ਉਹਦਾ ਪਿਓ, ਤੀਸਰੇ ਚੌਥੇ ਮਹੀਨੇ ਚੜ੍ਹਾਈ ਕਰ ਗਿਆ, ਠੀਕ ਹੈ। ਜਦੋਂ ਉਹ ਛੁੱਟੀ ਕੱਟ ਕੇ ਵਾਪਸ ਸਿੰਗਾਪੁਰ ਗਿਆ ਸੀਗਾ ਤੇ ਕਰਤਾਰ ਸਿੰਘ ਦਾ ਜਿਹੜਾ ਪਿਤਾ ਸੀ ਉਹ ਮਰ ਗਿਆ ਸੀ।
ਹੱਸੇ ਖੇਡਦੇ ਕਰਤਾਰ ਸਿੰਘ ਦੇ ਸਿੰਘਾਂ ਤੋਂ ਸਿਰਾਂ ਤੇ ਪੈ ਗਏ। ਸਿੰਘਾਂ ਮਤਲਬ ਕਿ ਉਹ ਆਪਣੇ ਆਪ ਨੂੰ ਬਹੁਤ ਜ਼ਿਆਦਾ ਬਹਾਦਰ ਸਮਝਦਾ ਸੀ, ਆਪਣੇ ਆਪ ਨੂੰ ਬੜਾ ਰਾਜਾ ਸਮਝਦਾ ਸੀ, ਪਰ ਹੁਣ ਪਿਤਾ ਦੇ ਗੁਜ਼ਰ ਜਾਣ ਤੋਂ ਬਾਅਦ ਵਿੱਚ ਕਰਤਾਰ ਸਿੰਘ ਤੇ ਮੁਸੀਬਤ ਆਣ ਪਈ ਸੀ, ਉੱਤੇ ਜ਼ਿੰਮੇਦਾਰੀ ਆਣ ਪਈ ਸੀ। ਬਾਹਰੋਂ ਆਉਂਦਾ ਪੈਸਾ ਇੱਕਦਮ ਬੰਦ ਹੋ ਗਿਆ ਸੀ ਤੇ ਰਿਸ਼ਤੇਦਾਰਾਂ ਅਤੇ ਸੱਜਣਾ ਮਿੱਤਰਾਂ ਉਸਨੂੰ ਸਲਾਹ ਦਿੱਤੀ ਕਿ ਉਹ ਬੰਦਾ ਰੱਖ ਕੇ ਆਪ ਵਾਹੀ ਕਰਵਾਵੇ ਤਾਂ ਹੀ ਗੁਜ਼ਾਰਾ ਚੱਲੇਗਾ। ਅਮਰੀਕ ਨੂੰ ਇਹ ਵੀ ਕੱਲ੍ਹ ਵਾਂਗ ਯਾਦ ਸੀ, ਉਸਦਾ ਪਿਓ ਤੇ ਮਾਮਾ ਬੀਕਾਨੇਰ ਵੱਲੋਂ ਬਲਦਾਂ ਦੀ ਇੱਕ ਵਧੀਆ ਜੋੜੀ ਖਰੀਦ ਕੇ ਲਿਆਏ ਸਨ। ਲਿਸ਼ ਲਿਸ਼ ਕਰਦੇ ਚਿੱਟੇ ਦੁੱਧ ਪਿੰਡਿਆਂ ਵਾਲੇ ਬਲਦ ਜਦੋਂ ਅਮਰੀਕ ਦੇ ਨਾਨਕੇ ਪੁੱਜੇ ਸਨ ਤਾਂ ਉਹਨਾਂ ਦੀ ਜੋੜੀ ਜਿੱਤ ਕੇ ਮੁੜੀ ਸੀ। ਠੀਕ ਹੈ, ਫਿਰ ਉਹਨੂੰ ਅਮਰੀਕ ਸਿੰਘ ਨੂੰ ਕਰਤਾਰ ਸਿੰਘ ਨੂੰ ਉਹਦਾ ਯਾਦ ਆਉਂਦਾ ਹੈ ਕਿ ਕਿਸ ਤਰ੍ਹਾਂ ਉਹਦਾ ਮਾਮਾ ਜਿਹੜਾ ਸੀ ਉਹ ਬਲਦਾਂ ਦੀ ਜੋੜੀ ਲੈ ਕੇ ਆਇਆ ਸੀਗਾ, ਜਿਹੜੇ ਕਿ ਬੜੇ ਹੱਟੇ ਕੱਟੇ ਸਨ। ਫਿਰ ਉਹਨੇ ਬੰਦਾ ਰੱਖਿਆ, ਠੀਕ ਹੈ, ਜ਼ਮੀਨ ਖਰੀਦੀ, ਬੰਦਾ ਰੱਖਿਆ, ਫਿਰ ਉਹ ਵਾਹੀ ਮਤਲਬ ਕਿ ਖੇਤੀਬਾੜੀ ਕਰਵਾਉਣ ਲੱਗ ਪਿਆ। ਠੀਕ ਹੈ, ਹੌਲੀ ਹੌਲੀ ਉਸਨੂੰ ਅਹਿਸਾਸ ਹੋਣਾ, ਜ਼ਿੰਮੇਦਾਰੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਸੀਗਾ। ਠੀਕ ਹੈ, ਇਹਦੇ ਵਿੱਚ ਇੱਕ ਕੁਐਸਚਨ ਐਕਸਟਰਾ ਬਣੇਗਾ, ਕੁਐਸਚਨ ਲਿਖ ਲਓ। ਰਿਸ਼ਤੇਦਾਰਾਂ ਅਤੇ ਸੱਜਣਾ ਮਿੱਤਰਾਂ ਨੇ ਕਰਤਾਰ ਸਿੰਘ ਨੂੰ ਉਸੇ ਪਿਤਾ ਦੇ ਮਰਨ ਤੋਂ ਬਾਅਦ ਵਿੱਚ ਕੀ ਸਲਾਹ ਦਿੱਤੀ? ਠੀਕ ਹੈ, ਰਿਸ਼ਤੇਦਾਰਾਂ ਅਤੇ ਸੱਜਣਾ ਮਿੱਤਰਾਂ ਨੇ ਕਰਤਾਰ ਸਿੰਘ ਨੂੰ ਉਸੇ ਪਿਤਾ ਦੇ ਮਰਨ ਤੋਂ ਬਾਅਦ ਕੀ ਸਲਾਹ ਦਿੱਤੀ? ਕੀ ਸਲਾਹ ਦਿੱਤੀ ਸੀ ਐਨੀਵਨ? ਜਦੋਂ ਕਰਤਾਰ ਸਿੰਘ ਦਾ ਪਿਤਾ ਮਰ ਗਿਆ ਸੀ ਤੇ ਉਸ ਤੋਂ ਬਾਅਦ ਵਿੱਚ ਸੱਜਣ ਰਿਸ਼ਤੇਦਾਰਾਂ ਨੇ ਉਹਨੂੰ ਕੀ ਸਲਾਹ ਦਿੱਤੀ ਸੀ ਤਾਂ ਉਹਨੇ ਫਿਰ ਕੀ ਕੀਤਾ ਸੀ? ਜਿੰਨੇ ਮੈਂ ਤੁਹਾਨੂੰ ਐਕਸਟਰਾ ਕੁਐਸਚਨਸ ਲਿਖਵਾ ਰਹੀ ਹਾਂ ਤੁਸੀਂ ਲਿਖ ਰਹੇ ਹੋ ਨਾ? ਓਕੇ, ਸਿਰਫ ਫਰਸ਼ੀਨ ਨੇ ਯੈਸ ਬੋਲਿਆ, ਕਾਰਤਿਕ ਨੇ ਯੈਸ ਬੋਲਿਆ, ਬਾਕੀ ਓਕੇ। ਜਸਲੀਨ ਮੈਮ, ਕਰਤਾਰ ਸਿੰਘ ਦੇ ਰਿਸ਼ਤੇਦਾਰਾਂ ਤੇ ਸੱਜਣਾ ਮਿੱਤਰਾਂ ਨੇ ਉਸਨੂੰ ਸਲਾਹ ਦਿੱਤੀ ਕਿ ਉਸਨੂੰ ਇੱਕ ਬੰਦਾ ਰੱਖ ਲੈਣਾ ਚਾਹੀਦਾ ਹੈ ਜੋ ਕਿ ਉਸਦੀ ਜ਼ਮੀਨ ਦੀ ਖੇਤੀਬਾੜੀ ਕਰ ਸਕੇ, ਜਿਸ ਨਾਲ ਉਸਦਾ ਘਰ ਦਾ ਗੁਜ਼ਾਰਾ ਹੋ ਸਕੇ, ਤੇ ਉਹ ਤੇ ਉਸਦਾ ਅਮਰੀਕ ਦਾ ਪਿਓ ਤੇ ਉਸਦਾ ਮਾਮਾ ਇੱਕ ਬਲਦਾ ਦਾ ਬਲਦਾ ਦੀ ਵਧੀਆ ਜੋੜੀ ਲੈ ਆਇਆ ਜੋ ਕਿ ਉਸਦਾ ਖੇਤੀਬਾੜੀ ਵਿੱਚ ਬਹੁਤ ਮਦਦ ਕਰਦੇ ਸੀ। ਠੀਕ ਹੈ, ਗੁੱਡ, ਓਕੇ, ਠੀਕ ਹੈ। ਤੇ ਉਹਨੇ ਇਹਨਾਂ ਨੂੰ ਕੀ ਸਮਝਾਇਆ ਸੀ ਕਿ ਬਲਦਾਂ ਦੀ ਜੋੜੀ ਲਿਆ, ਖੇਤੀਬਾੜੀ ਕਰ, ਬੰਦਾ ਰੱਖ, ਠੀਕ ਹੈ, ਤੇ ਇਸ ਤਰ੍ਹਾਂ ਹੀ ਤੇਰਾ ਗੁਜ਼ਾਰਾ ਚੱਲੇਗਾ। ਓਕੇ, ਨੈਕਸਟ। ਭਾਵੇਂ ਘਰ ਦੀ ਜ਼ਿੰਮੇਵਾਰੀ ਕਰਤਾਰ ਸਿੰਘ ਦੇ ਸਿਰ ਤੇ ਪੈ ਗਈ ਸੀ, ਪਰ ਫਿਰ ਵੀ ਉਹ ਆਪਣੇ ਕੱਪੜੇ ਚਿੱਟੇ ਦੁੱਧ ਧੋਤੇ ਰੱਖਦਾ, ਉਸਦੀ ਜੁੱਤੀ ਹਮੇਸ਼ਾ ਲਿਸ਼ਕਦੀ ਰਹਿੰਦੀ, ਬੰਦਾ ਰੱਖ ਕੇ ਵਾਹੀ ਕਰਵਾਉਂਦਾ, ਆਪ ਪੱਠੇ ਲਿਆ ਛੱਡਦਾ ਤੇ ਫਿਰ ਖੁੰਡਾ ਤੇ ਬਹਿ ਛੱਡਦਾ ਜਾਂ ਤਾਸ਼ ਖੇਡਦਾ ਰਹਿੰਦਾ। ਠੀਕ ਹੈ, ਚਾਹੇ ਉਹਨੂੰ ਜ਼ਿੰਮੇਵਾਰੀ, ਮਾੜੀ ਮੋਟੀ ਜ਼ਿੰਮੇਦਾਰੀ ਦਾ ਅਹਿਸਾਸ ਹੋ ਗਿਆ ਸੀ ਆਪਣੇ ਪਿਤਾ ਦੇ ਜਾਣ ਤੋਂ ਬਾਅਦ ਵਿੱਚ, ਫਿਰ ਵੀ ਉਹਨੇ ਠਾਠ ਬਾਠ ਨਹੀਂ ਛੱਡਿਆ, ਫਿਰ ਵੀ ਉਹਦੇ ਕੱਪੜੇ ਹਮੇਸ਼ਾ ਚਿੱਟੇ ਦੁੱਧ ਧੋਤੇ ਹੁੰਦੇ, ਜੁੱਤੀ ਹਮੇਸ਼ਾ ਲਿਸ਼ਕਦੀ ਰਹਿੰਦੀ। ਠੀਕ ਹੈ, ਤੇ ਉਹ ਵਾਹੀ ਕਰਵਾਉਣ ਲਈ ਉਹਨੇ ਬੰਦਾ ਛੱਡ ਦਿੱਤਾ ਖੇਤਾਂ ਵਿੱਚ, ਪਰ ਉਹ ਕੀ ਕਰਦਾ ਸੀਗਾ, ਖੁੰਡਿਆਂ 'ਚ ਬੈਠ ਕੇ ਮਤਲਬ ਕਿਤੇ ਕੋਨੇ 'ਤੇ ਬੈਠ ਕੇ ਜਾਂ ਦਰਖਤ ਦੇ ਥੱਲੇ ਬੈਠ ਕੇ ਹਮੇਸ਼ਾ ਉਹ ਤਾਸ਼ ਪੱਤੇ ਖੇਡਦਾ ਰਹਿੰਦਾ ਸੀ। ਘਰ ਦੇ ਵੀ ਸਮਝਾਉਂਦੇ ਤੇ ਬਾਹਰ ਦੇ ਵੀ, ਵਾਹੀਆਂ ਮਿੱਟੀ ਨਾਲ ਮਿੱਟੀ ਹੋਈਆਂ ਹੁੰਦੀਆਂ ਨੇ। ਵਾਹੀਆਂ ਮਤਲਬ ਜੇ ਆਪਾਂ ਵਾਕਈ ਹੀ ਖੇਤਾਂ ਵਿੱਚ ਮਿਹਨਤ ਕਰਨੀ ਹੈ ਤੇ ਸਾਨੂੰ ਮਿੱਟੀ ਦੇ ਨਾਲ ਮਿੱਟੀ ਹੋਣਾ ਪੈਂਦਾ ਹੈ, ਤਾਂ ਹੀ ਜਿਹੜੀ ਹੈ ਫਸਲ ਵਧੀਆ ਹੋਵੇਗੀ। ਬੇਗਾਨੇ ਪੁੱਤ ਸਿਰ ਤੇ ਹੋਇਆ ਬਿਨਾਂ ਕੰਮ ਨਹੀਂ ਕਰਦੇ, ਇੰਜ ਝੱਟ ਨਹੀਂ ਸਰਨਾ, ਏਦਾਂ ਗੁਜ਼ਾਰਾ ਨਹੀਂ ਹੋਣਾ। ਅਮਰੀਕ ਦੀ ਦਾਦੀ ਰਾਤ ਨੂੰ ਦੇਰ ਤੱਕ ਘਰ ਨਾ ਆਉਣ ਤੇ ਬਾਹਰ ਢਾਣੀਆਂ 'ਚ ਬੈਠੇ ਰਹਿਣ ਕਰਕੇ ਕਰਤਾਰ ਸਿੰਘ ਤੇ ਔਖੀ ਹੁੰਦੀ, ਨਰਸ਼ਿਆ ਬੰਦਿਆਂ ਵਾਲੇ ਚਾਲੇ ਫੜ, ਧੀਆਂ ਪੁੱਤਾਂ ਵਾਲਾ ਹੋ ਗਿਆ ਹੈ, ਕੰਮ ਕੀਤਿਆਂ ਬਿਨਾਂ ਨਹੀਂ ਫੈਲਸੂਫੀਆਂ ਪੁੱਗਣੀਆਂ। ਇਹ ਫੈਲਸੂਫੀਆਂ ਮਤਲਬ ਫਜ਼ੂਲ ਖਰਚੀਆਂ। ਠੀਕ ਹੈ, ਉਹਦੀ ਹੁਣ ਕਰਤਾਰ ਸਿੰਘ ਦੀ ਹਲੇ ਮਾਤਾ ਵੀ ਜਿਉਂਦੀ ਸੀ ਤੇ ਉਹ ਸਮਝਾਉਂਦੀ ਰਹਿੰਦੀ ਸੀ ਕਿ ਇੱਦਾਂ ਟੋਲੀਆਂ ਵਿੱਚ ਨਾ ਘੁੰਮ, ਠੀਕ ਹੈ, ਇੰਨੀ ਐਸ਼ ਆਰਾਮ ਨਾ ਕਰ, ਕਿਉਂਕਿ ਜੇ ਆਪਾਂ ਇੰਨੀ ਫਜ਼ੂਲ ਖਰਚੀ ਕਰਨੀ ਹੈ ਤਾਂ ਉਹਦੇ ਲਈ ਸਾਨੂੰ ਕੰਮ ਵੀ ਕਰਨਾ ਪੈਣਾ ਹੈ, ਵਿਹਲੇ ਹੋ ਕੇ ਕੋਈ ਗੁਜ਼ਾਰਾ ਨਹੀਂ ਹੋਣਾ। ਅੱਗੋਂ ਦੀ ਹੁਣ ਕਰਤਾਰ ਸਿੰਘ ਆਪਣੀ ਮਾਤਾ ਨੂੰ ਕੀ ਜਵਾਬ ਦਿੰਦਾ ਆ? ਪੁੱਗ ਜਾਣਗੀਆਂ ਬੁੱਢੜੀਏ, ਆਪੇ ਪੁੱਗ ਜਾਣਗੀਆਂ, ਤੂੰ ਚਿੰਤਾ ਨਾ ਕਰ। ਤੇ ਉਹ ਅਮਰੀਕ ਦੀ ਮਾਂ ਨੂੰ ਰੋਟੀ ਦੇਣ ਲਈ ਆਖਦਾ ਜੋ ਕਿੰਨੇ ਚਿਰ ਦੀ ਚੌਂਕੇ ਵਿੱਚ ਬੈਠੀ ਉਸਨੂੰ ਉਡੀਕ ਰਹੀ ਹੁੰਦੀ। ਠੀਕ ਹੈ, ਇੱਥੇ ਵੀ ਇੱਕ ਕੁਐਸਚਨ ਬਣ ਸਕਦਾ ਹੈ ਕਿ ਕਰਤਾਰ ਸਿੰਘ ਦੀ ਮਾਂ ਕਰਤਾਰ ਸਿੰਘ ਨੂੰ
ਕੀ ਸਮਝਾਉਂਦੀ ਸੀ ਤੇ ਕਿਉਂ ਸਮਝਾਉਂਦੀ ਸੀ? ਕਰਤਾਰ ਸਿੰਘ ਦੀ ਮਾਂ ਕਰਤਾਰ ਸਿੰਘ ਨੂੰ ਕਿਉਂ ਤੇ ਕੀ ਸਮਝਾਉਂਦੀ? ਠੀਕ ਹੈ, ਸਮਝਾਉਂਦੀ ਕੀ ਸੀ ਕਿ ਫਜ਼ੂਲ ਖਰਚੀ ਨਹੀਂ ਕਰਨੀ ਚਾਹੀਦੀ, ਐਦਾਂ ਸਰਦਾ ਨਹੀਂ ਹੈ, ਤੇ ਕਿਉਂ ਸਮਝਾਉਂਦੀ ਸੀ? ਕਿਉਂਕਿ ਉਹਨੂੰ ਲੱਗਦਾ ਸੀ ਉਹਦਾ ਜਿਹੜਾ ਪੁੱਤਰ ਹੈ ਉਹ ਨਸ਼ਿਆਂ ਵਿੱਚ ਪੈ ਕੇ ਹੈ ਨਾ ਬਿਨਾਂ ਇੱਧਰ ਫਾਲਤੂ ਦਾ ਇੱਧਰ ਉੱਧਰ ਘੁੰਮਦਾ ਰਹਿੰਦਾ ਆ, ਖੇਤੀਬਾੜੀ ਵੱਲ ਧਿਆਨ ਨਹੀਂ ਦਿੰਦਾ, ਤੇ ਇਹਦੇ ਨਾਲ ਕੀ ਹੈ ਉਹਦਾ ਪਰਿਵਾਰ ਜਿਹੜਾ ਹੈ ਉਹ ਰੁੱਲ ਜਾਵੇਗਾ। ਠੀਕ ਹੈ, ਕਰਤਾਰ ਸਿੰਘ ਦੀ ਮਾਂ ਕਰਤਾਰ ਸਿੰਘ ਨੂੰ ਕਿਉਂ ਤੇ ਕੀ ਸਮਝਾਉਂਦੀ ਸੀ? ਰਾਈਟ, ਤੂੰ ਕੁੜੀਏ ਆਪ ਇਹਨੂੰ ਆਪ ਨਹੀਂ ਵਰਜਦੀ, ਰੋਕਦੀ। ਹੁਣ ਕਰਤਾਰ ਸਿੰਘ ਦੀ ਜਿਹੜੀ ਮਾਂ ਸੀ ਉਹ ਜਾਗੀਰ ਕੌਰ ਨੂੰ ਕੀ ਕਹਿੰਦੀ ਹੈ ਕਿ ਤੂੰ ਇਹਨੂੰ ਖੁਦ ਹੀ ਨਹੀਂ ਰੋਕਦੀ, ਪ੍ਰਸ਼ਾਦੇ ਗਰਮ ਗਰਮ ਕਰਕੇ ਖਵਾਉਂਦੀ ਹੈ, ਇਹ ਵਿਗੜੇ ਕਿਉਂ ਨਾ, ਜਦੋਂ ਆਵੇ ਠੰਡਾ ਤੋਸਾ ਮੱਥੇ ਮਾਰਿਆ ਕਰ, ਮਤਲਬ ਠੰਡੀ ਰੋਟੀ ਦਿਆ ਕਰ, ਵੇਖ ਲਈ ਨਹੀਂ ਤੇ ਔਖੀ ਹੋਏਗੀ, ਬਜ਼ੁਰਗ ਮਾਂ ਆਖਦੀ। ਤੇ ਠੀਕ ਹੀ, ਉਸਦੀ ਮਾਂ ਬੜੀ ਔਖੀ ਹੋਈ ਸੀ, ਅਮਰੀਕ ਦੇ ਬਾਲ ਮਨ ਤੇ ਉਹ ਰਾਤ ਉੱਕਰੀ ਹੋਈ ਸੀ ਜਦੋਂ ਗੁਆਂਢੀਆਂ ਦੀ ਕੁੜੀ ਬੀਰੋ ਕੋਲੋਂ ਬਾਤਾਂ ਸੁਣ ਰਿਹਾ ਸੀ ਕਿ ਉਹਨਾਂ ਦੇ ਘਰ ਚੀਕ ਚਿਹਾੜਾ ਮੱਚ ਗਿਆ ਸੀ। ਹੁਣ ਇੱਥੇ ਇੱਕ ਹੋਰ ਨੇਮਿੰਗ ਵਰਡ ਆਇਆ ਹੈ, ਗੁਆਂਢੀਆਂ ਦੀ ਕੁੜੀ, ਠੀਕ ਹੈ, ਉਹਦਾ ਨਾਮ ਕੀ ਹੈ? ਬੀਰੋ। ਤੇ ਜਦੋਂ ਅਮਰੀਕ ਛੋਟਾ ਹੁੰਦਾ ਹੈ, ਇਹ ਸਾਰੀ ਫਲੈਸ਼ਬੈਕ ਦੀ ਸਟੋਰੀ ਚੱਲ ਰਹੀ ਹੈ, ਠੀਕ ਹੈ, ਕਿ ਜਦੋਂ ਅਮਰੀਕ ਛੋਟਾ ਸੀ ਤੇ ਉਹ ਗੁਆਂਢੀਆਂ ਦੀ ਕੁੜੀ ਕੋਲ ਬੈਠਾ ਸੀ ਤੇ ਉਦੋਂ ਹੀ ਉਹਨਾਂ ਦੇ ਘਰੋਂ ਚੀਕ ਚਿਹਾੜਾ ਚੱਲ ਪਿਆ। ਕਿਉਂ? ਕਿਉਂਕਿ ਉਹਦਾ ਜਿਹੜਾ ਪਿਤਾ ਹੈ ਉਹ ਸ਼ਰਾਬ ਪੀ ਕੇ ਆਇਆ ਸੀ ਕਰਤਾਰ ਸਿੰਘ, ਤੇ ਆਪਣੀ ਪਤਨੀ ਨੂੰ ਬਹੁਤ ਜ਼ੋਰ ਜ਼ੋਰ ਦੀ ਕੁੱਟ ਰਿਹਾ ਸੀ। ਠੀਕ ਹੈ, ਘਰ ਵਿੱਚ ਕੋਹਰਾਮ ਮੱਚਿਆ ਹੋਇਆ ਸੀ, ਨਿਆਣੇ ਰੋ ਰਹੇ ਸਨ ਤੇ ਕਰਤਾਰ ਸਿੰਘ ਹੱਥ ਵਿੱਚ ਕੱਪੜੇ ਧੋਣ ਵਾਲੀ ਥਾਪੀ ਲਈ ਵਾਟੀ ਨੂੰ ਕੁੱਟੀ ਜਾ ਰਿਹਾ ਸੀ। ਉਸ ਰੱਜ ਕੇ ਸ਼ਰਾਬ ਪੀਤੀ ਹੋਈ ਸੀ ਤੇ ਬਿਨਾਂ ਕੋਈ ਗੱਲ ਕੀਤਿਆਂ ਧੈ ਧੈ ਜੜੀ ਜਾ ਰਿਹਾ ਸੀ, ਮਤਲਬ ਬਹੁਤ ਜ਼ਿਆਦਾ ਮਾਰ ਰਿਹਾ ਸੀ। ਆਂਢੀ ਗੁਆਂਢੀ ਇਕੱਠੇ ਹੋ ਗਏ, ਉਹਨਾਂ ਮਸਾਂ ਰੋਂਦੀ ਹੋਈ ਜਾਗੀਰ ਕੌਰ ਨੂੰ ਬਚਾਇਆ ਤੇ ਕਰਤਾਰ ਸਿੰਘ ਨੂੰ ਧੂ ਕੇ ਡੰਗਰਾਂ ਕੋਲ ਬਾਹਰ ਉਸ ਮੰਜੀ ਤੇ ਲੈ ਗਏ। ਰੋਂਦੀ ਹੋਈ ਜਾਗੀਰ ਕੌਰ ਕਹਿ ਰਹੀ ਸੀ, ਦੱਸੋ ਮੈਂ ਕੀ ਕਸੂਰ ਕੀਤਾ? ਮੈਂ ਇਹੋ ਆਖਿਆ ਪਈ ਭਲਿਆ ਮਾਨਸਾ, ਉੱਤੋਂ 100 ਖਰਚ ਪਏ ਹੈ ਤੇ ਤੂੰ ਸ਼ਰਾਬ ਪੀਂਦਾ ਫਿਰਦਾ ਹੈ। ਜਦੋਂ ਪੁੱਗਦੀ ਸੀ ਪੀ ਲਈ, ਹੁਣ ਨਹੀਂ ਸਾਥੋਂ ਪੁੱਗਦੀ, ਨਾ ਆ ਵੇਖਿਆ ਤੇ ਨਾ ਤਾ, ਮੇਰੀਆਂ ਮੋਰਾਂ ਸੇਕਤੀਆਂ, ਸੇਕਤੀਆਂ ਮਤਲਬ ਮੇਰੇ ਮਾਰਨ ਲੱਗ ਪਿਆ, ਬਿਲਕੁਲ ਇੱਧਰ ਉੱਧਰ ਨਹੀਂ ਦੇਖਿਆ। ਠੀਕ ਹੈ, ਕੁਸ਼ਚਨ ਇੱਥੇ ਲਿਖੋ ਬੇਟਾ, ਕਰਤਾਰ ਸਿੰਘ ਆਪਣੀ ਪਤਨੀ ਨੂੰ ਕਿਉਂ ਮਾਰ ਰਿਹਾ ਸੀ? ਕਰਤਾਰ ਸਿੰਘ ਆਪਣੀ ਪਤਨੀ ਨੂੰ ਕਿਉਂ ਮਾਰ ਰਿਹਾ ਸੀ? ਠੀਕ ਹੈ, ਕਿਉਂ ਮਾਰ ਰਿਹਾ ਸੀ? ਕਿਉਂਕਿ ਉਹਦੀ ਪਤਨੀ ਉਹਨੂੰ ਹਮੇਸ਼ਾ ਸਮਝਾਉਂਦੀ ਰਹਿੰਦੀ ਸੀਗੀ ਕਿ ਜਿੰਨੀ ਦੇਰ ਤੱਕ ਤੂੰ ਸ਼ਰਾਬ ਪੀ ਲਈ ਠੀਕ ਹੈ, ਪਰ ਹੁਣ ਅੱਗੋਂ ਦੀ ਬੱਚੇ ਵੀ ਵੱਡੇ ਹੋ ਰਹੇ ਨੇ, ਤਾਂ ਏਦਾਂ ਜਿਹੜਾ ਘਰ ਦਾ ਗੁਜ਼ਾਰਾ ਹੈ ਉਹ ਨਹੀਂ ਚੱਲਣਾ। ਠੀਕ ਹੈ, ਤੇ ਕਰਤਾਰ ਸਿੰਘ ਨੂੰ ਉਹਦੇ ਰੋਕਣ ਤੋਂ ਗੁੱਸਾ ਆਇਆ ਤੇ ਉਹਨੇ ਬਿਨਾਂ ਸੋਚੇ ਸਮਝੇ ਆਪਣੀ ਪਤਨੀ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਕੋਈ ਨੀ, ਹੌਸਲਾ ਕਰ, ਖਬਰੇ ਕੀ ਹੋਇਆ, ਸਿਆਣਾ ਬਿਆਣਾ ਸੀ, ਐਂ ਤਾਂ ਤੂੰ ਕਦੀ ਅੱਗੇ ਨਹੀਂ ਕੀਤਾ, ਕਹਿੰਦੀਆਂ ਜਨਾਨੀਆਂ ਤੁਰ ਗਈਆਂ, ਮਤਲਬ ਜਿਹੜੀਆਂ ਮਹੱਲੇ ਦੀਆਂ ਲੇਡੀ ਸੀਗੀਆਂ ਉਹ ਕਰਤਾਰ ਸਿੰਘ ਨੂੰ ਕਹਿੰਦੀਆਂ ਸਨ ਕਿ ਤੂੰ ਅੱਗੇ ਤਾਂ ਤੂੰ ਏਦਾਂ ਕਦੀ ਨਹੀਂ ਸੀ ਕੀਤਾ, ਠੀਕ ਹੈ, ਤੇ ਹੁਣ ਤੂੰ ਕਿਉਂ ਮਾਰ ਰਿਹਾ ਹੈ ਆਪਣੀ ਪਤਨੀ ਨੂੰ? ਕਰਤਾਰ ਸਿੰਘ ਬਿਨਾਂ ਰੋਟੀ ਖਾਦਿਆਂ ਹੀ ਸੌਂ ਗਿਆ। ਭਾਂਡਾ ਟਿੰਡਾ ਸਾਂਭ ਕੇ, ਕੁੜੀਆਂ ਨੂੰ ਲੰਮਿਆਂ ਪਾ ਕੇ ਜਾਗੀਰ ਕੌਰ ਦਵਾਖੇ ਵਿੱਚ ਜਗਦਾ ਦੀਵਾ ਬੁਝਾਉਣ ਲੱਗੀ। ਦਵਾਖਾ ਪਿਛਲੇ ਟਾਈਮ ਦੇ ਵਿੱਚ ਨਾ, ਕਿਉਂਕਿ ਇੰਨੀਆਂ ਲਾਈਟਸ ਵਗੈਰਾ ਨਹੀਂ ਸੀ ਹੁੰਦੀਆਂ, ਦੀਵੇ ਦੀ ਰੋਸ਼ਨੀ ਹੁੰਦੀ ਸੀ ਜਾਂ ਲੈਂਪ ਦੀ ਰੋਸ਼ਨੀ ਹੁੰਦੀ ਸੀਗੀ। ਦਵਾਖਾ ਮੀਨਸ ਨਾ ਇੱਕ ਛੋਟਾ ਜਿਹਾ ਇੱਦਾਂ ਬਣਿਆ ਹੁੰਦਾ ਸੀ ਕਾਰਨਰ ਜਿਹਾ, ਉਹਦੇ ਤੇ ਦੀਵਾ ਰੱਖਿਆ ਜਾਂਦਾ ਸੀ। ਠੀਕ ਹੈ, ਤੇ ਜਦੋਂ ਸੌਣ ਲੱਗੇ ਹੁੰਦੇ ਆ ਤਾਂ ਉਹ ਦੀਵਾ ਜਿਹੜਾ ਹੈ ਉਹ ਬੁਝਾ ਦਿੱਤਾ ਜਾਂਦਾ, ਤੇ ਜਾਗੀਰ ਕੌਰ ਉਹਨੂੰ ਹੀ ਬੁਝਾਉਣ ਲੱਗੀ। ਤਾਂ ਉਸ ਨਿਮੋਂਜਣੇ ਚੌਂਕੇ ਵਿੱਚ ਬੈਠੇ ਅਮਰੀਕ ਨੂੰ ਉੱਠ ਕੇ ਮੰਜੇ ਤੇ ਪੈਣ ਲਈ ਆਖਿਆ, ਕਿਉਂਕਿ ਅਮਰੀਕ ਸਿੰਘ ਹਲੇ ਛੋਟਾ ਸੀ ਤੇ ਉਹਨੇ ਏਦਾਂ ਦਾ ਕਦੀ ਸੀਨ ਨਹੀਂ ਸੀ ਦੇਖਿਆ ਕਿ ਉਹਦੇ ਪਿਤਾ ਨੇ ਉਹਦੀ ਮਾਂ ਨੂੰ ਕੁੱਟਿਆ ਹੋਵੇ, ਇਸ ਲਈ ਉਹ ਡਰ ਕੇ ਡਰਦਾ ਮਾਰਾ ਹੋਇਆ ਉਹ ਚੁੱਲ੍ਹੇ ਚੌਂਕੇ ਵਿੱਚ ਜਿੱਥੇ ਰਸੋਈ ਹੁੰਦੀ ਹੈ ਉੱਥੇ ਉਹ ਜਾ ਕੇ ਬੈਠਿਆ ਹੋਇਆ ਸੀ। ਜਾਗੀਰ ਕੌਰ ਨੇ ਉਸਨੂੰ ਬਾਹੋਂ ਫੜ ਕੇ ਉਠਾਇਆ, ਉੱਠ ਮੇਰਾ ਬੀਬਾ ਪੁੱਤ, ਤੂੰ ਕਿਉਂ? ਤੇ ਉਹ ਫਿੱਸ ਪਈ, ਮਤਲਬ ਉਹ ਰੋਣ ਲੱਗ ਪਈ। ਠੀਕ ਹੈ, ਫਿਰ ਉਹ ਆਪਣੇ ਪੁੱਤਰ ਨੂੰ ਰੋਂਦੀ ਰੋਂਦੀ ਕੀ ਕਹਿੰਦੀ ਹੈ, ਅੱਛਾ ਪੁੱਤ ਤੁਹਾਡੇ ਕਰਮ, ਤੇ ਫਿਰ ਉਸਦੇ ਚਿੱਥੇ ਦੇ ਹੋਠਾਂ ਵਿੱਚੋਂ ਇਹ ਗੱਲ ਜਿਵੇਂ ਬਾਹਰ ਆ ਗਈ, ਠੀਕ ਹੈ, ਮੈਂ ਤਾਂ ਮਰੀਕ ਹਰੀਕੇ ਡੁੱਬ ਕੇ ਮਰ ਜਾਣਾ। ਹੁਣ ਆਪਣੇ ਪੁੱਤਰ ਨੂੰ ਕੀ ਕਹਿੰਦੀ ਹੈ ਰੋਂਦੀ ਹੋਈ, ਮਰੀਕ ਮਤਲਬ ਅਮਰੀਕ, ਹਰੀਕੀ ਇੱਥੇ ਹਰੀਕਾ, ਠੀਕ ਹੈ, ਹਰੀਕੇ ਪੱਤਨ ਸੁਣਿਆ, ਦਰਿਆ ਦਾ ਨਾਮ ਹੈ ਇਹ। ਠੀਕ ਹੈ, ਉਹ ਕਹਿੰਦੀ ਸੀਗੀ ਕਿ ਮੈਂ
ਹਰੀਕੇ ਦਰਿਆ ਵਿੱਚ ਡੁੱਬ ਕੇ ਮਰ ਜਾਣਾ ਹੈ, ਜਦੋਂ ਲੱਭੀ ਨਾ ਤੂੰ ਦੱਸ ਦੇਈਂ, ਤੇ ਫਿਰ ਉਹ ਰੋਣ ਲੱਗ ਪਈ। ਇਹ ਸੁਣ ਕੇ ਅਮਰੀਕ ਦਾ ਵੀ ਰੋਣਾ ਨਿਕਲ ਗਿਆ। ਮਾਂ ਨੇ ਉਸਨੂੰ ਘੁੱਟ ਕੇ ਗੱਲ ਨਾਲ ਲਾ ਲਿਆ ਤੇ ਫਿਰ ਦੋਵੇਂ ਦੀਵਾ ਬੁਝਾ ਕੇ ਲੇਟ ਗਏ। ਦੋਹਾਂ ਨੂੰ ਨੀਂਦ ਨਹੀਂ ਸੀ ਪੈ ਰਹੀ। ਕਦੀ ਕਦੀ ਮਾਂ ਦੇ ਮੂੰਹੋਂ ਵਾਹਿਗੁਰੂ ਕਹਿੰਦਾ ਲੰਬਾ ਹੋਕਾ ਹਵਾ ਵਿੱਚ ਰਲ ਜਾਂਦਾ। ਅਮਰੀਕ ਦੇ ਮਨ ਵਿੱਚ ਵਾਰ ਵਾਰ ਮਾਂ ਦੇ ਕਹੇ ਹੋਏ ਸ਼ਬਦ ਗੂੰਜ ਰਹੇ ਸਨ, ਮੈਂ ਤਾਂ ਅਮਰੀਕ ਹਰੀਕੀ ਡੁੱਬ ਕੇ ਮਰ ਜਾਣਾ। ਮਤਲਬ ਅਮਰੀਕ ਦੇ ਦਿਲ ਵਿੱਚ ਇਹੀ ਵਾਲੀਆਂ ਗੱਲਾਂ ਚੱਲ ਰਹੀਆਂ ਸਨ। ਉਸਨੇ ਹਰੀਕੇ ਦਰਿਆ ਵੇਖਿਆ ਹੋਇਆ ਨਹੀਂ ਸੀ, ਪਰ ਅੱਖਾਂ ਹੀ ਅੱਖਾਂ ਵਿੱਚ ਉਹ ਆਪਣੀ ਮਾਂ ਨੂੰ ਡੂੰਘੇ ਪਾਣੀ ਵਿੱਚ ਗੋਤੇ ਖਾਂਦੀ ਤੇ ਉਸਦੇ ਫੁੱਲੇ ਹੋਏ ਸਰੀਰ ਨੂੰ ਵੇਖ ਰਿਹਾ ਸੀ ਤੇ ਉਹਦੀਆਂ ਅੱਖਾਂ ਅੱਗੇ ਮਾਈ ਗਾਬੋ ਆ ਗਈ। ਮਾਈ ਗਾਬੋ ਇੱਕ ਪਿੰਡ ਦੀ ਲੇਡੀ ਸੀ, ਠੀਕ ਹੈ, ਜਿਹੜੀ ਏਦਾਂ ਹੀ ਡੁੱਬ ਕੇ ਮਰੀ ਸੀ, ਠੀਕ ਹੈ। ਤੇ ਹੁਣ ਉਸਨੂੰ ਰਹਿ ਰਹਿ ਕੇ ਇਹ ਖਿਆਲ ਆਉਂਦਾ ਸੀ ਕਿ ਇੰਨੀ ਦੂਰ ਹਰੀਕੇ ਹੀ ਕਿਉਂ, ਉਹਦੀ ਮਾਂ ਦਿਆਈਆਂ ਵਾਲੇ ਖੂਹ ਵਿੱਚ ਵੀ ਤਾਂ ਡੁੱਬ ਕੇ ਮਰ ਸਕਦੀ ਸੀ, ਜਿੱਥੇ ਪਿੰਡ ਦੀ ਇੱਕ ਮਾਈ ਗਾਬੋ ਡੁੱਬ ਕੇ ਮਰੀ ਸੀ, ਜਾਂ ਕਿਸੇ ਹੋਰ ਵੀ ਖੂਹ ਤੇ ਹਰੀਕੇ ਹੀ ਕਿਉਂ। ਹੁਣ ਦੇਖੋ ਛੋਟਾ ਬੱਚਾ ਸੀ, ਉਹਨੂੰ ਲੱਗਾ ਕਿ ਉਹਦੀ ਮਾਂ ਇੰਨੀ ਦੂਰ ਹੀ ਕਿਉਂ ਮਰਨਾ ਚਾਹੁੰਦੀ ਹੈ, ਜੇ ਮਰਨਾ ਹੀ ਉਹਨੇ ਤਾਂ ਕਿਤੇ ਨਿਆਈ ਵਿੱਚ ਜਿੱਥੇ ਖੂਹ ਹੁੰਦਾ ਹੈ ਉੱਥੇ ਜਿਹੜਾ ਪਾਣੀ ਇਕੱਠਾ ਹੋਇਆ ਹੁੰਦਾ ਉੱਥੇ ਹੀ ਕਿਉਂ ਨਹੀਂ ਮਰ ਜਾਂਦੀ, ਠੀਕ ਹੈ। ਤੇ ਉਸ ਅੱਖਾਂ ਘੁੱਟ ਉਸਨੇ ਘੁੱਟ ਕੇ ਅੱਖਾਂ ਮੀਚੀਆਂ, ਉਸਨੇ ਕਿੰਨਾ ਪਾਪ ਕੀਤਾ ਸੀ, ਉਸ ਆਪਣੀ ਮਾਂ ਦੇ ਮਰਨ ਬਾਰੇ ਕਿਉਂ ਸੋਚਿਆ, ਉਸਨੂੰ ਤਾਂ ਏਦਾਂ ਬਿਲਕੁਲ ਨਹੀਂ ਸੀ ਸੋਚਣਾ ਚਾਹੀਦਾ, ਠੀਕ ਹੈ। ਫਿਰ ਉਹਨੂੰ ਫੀਲ ਹੁੰਦਾ ਪਿਆ ਸੀਗਾ ਕਿ ਉਹਨੇ ਏਦਾਂ ਦੀ ਗੱਲ ਸੋਚੀ ਹੀ ਕਿਉਂ। ਤੇ ਉਹ ਆਪਣੇ ਪਿਤਾ ਤੇ ਹੈਰਾਨ ਹੋ ਰਿਹਾ ਸੀ, ਅੱਜ ਵਾਂਗ ਤਾਂ ਉਸਨੇ ਕਦੀ ਵੀ ਨਹੀਂ ਸੀ ਪੀਤੀ, ਉਸ ਤਾਂ ਕਦੀ ਵੀ ਉਸਦੀ ਮਾਂ ਨੂੰ ਨਹੀਂ ਸੀ ਕੁੱਟਿਆ। ਤੇ ਫਿਰ ਜਿਵੇਂ ਉਸਨੂੰ ਸਮਝ ਪਈ, ਉਹਦੀ ਭੂਆ ਦੀਆਂ ਦੋਹਾਂ ਕੁੜੀਆਂ ਦਾ ਇਕੱਠਾ ਵਿਆਹ ਸੀ। ਹੁਣ ਦੇਖੋ ਉਹਦਾ ਪਿਤਾ ਜਿਹੜਾ ਸੀ ਉਹਨੇ ਆਪਣੀ ਮਾਂ ਨੂੰ ਮਾਰਿਆ ਕਿਉਂ, ਸੋਰੀ ਉਹਨੇ ਅਮਰੀਕ ਦੀ ਮਾਂ ਨੂੰ ਕਿਉਂ ਉਸ ਦਿਨ ਮਾਰਿਆ ਸ਼ਰਾਬ ਪੀ ਕੇ, ਕਿਉਂਕਿ ਉਹਦੇ ਮਨ ਵਿੱਚ ਕਿਤੇ ਨਾ ਕਿਤੇ ਇੱਕ ਟੈਨਸ਼ਨ ਚੱਲ ਰਹੀ ਸੀ, ਉਹ ਟੈਨਸ਼ਨ ਹੁਣ ਕਿਹੜੀ ਹੈ ਉਹ ਦੱਸਿਆ ਹੋਇਆ ਹੈ, ਠੀਕ ਹੈ। ਫਿਰ ਉਸਨੂੰ ਸਮਝ ਪਈ ਉਹਦੀਆਂ ਭੂਆ ਦੀਆਂ ਦੋਹਾਂ ਕੁੜੀਆਂ ਦਾ ਇਕੱਠਾ ਵਿਆਹ ਸੀ ਤੇ ਉਸ ਆਪਣੇ ਇਕੱਲੇ ਭਰਾ ਨੂੰ ਬਣ ਠਣ ਕੇ ਆਉਣ ਲਈ ਕਿਹਾ ਸੀ। ਵਾਈਆਂ ਵਿੱਚੋਂ ਬਚਦਾ ਹੀ ਕੀ ਸੀ, ਕਰਤਾਰ ਸਿੰਘ ਜਿਸ ਸਿੰਘ ਦਾ ਖਾਤਾ ਆਇਆ ਸੀ ਖਿਜਿਆ ਖਿਜਿਆ ਰਹਿੰਦਾ, ਪੈਸਿਆਂ ਦਾ ਪ੍ਰਬੰਧ ਕਿੱਥੋਂ ਹੋਵੇ, ਉਹਨੇ ਸ਼ਾਹਾਂ ਤੋਂ ਪੁੱਛਿਆ ਸੀ, ਪਰ ਇੰਨਾ ਜ਼ਿਆਦਾ ਵਿਆਜ, ਇੱਕੋ ਭੈਣ ਦਾ ਇੱਕ ਭਰਾ ਸੀ, ਭੈਣ ਲਈ ਲਿਖਿਆ ਸੀ ਉਹਦਾ ਉਹ ਉਸ ਕਿਹੜਾ ਰੋਜ਼ ਰੋਜ਼ ਕੁੜੀਆਂ ਵਿਆਹਣੀਆਂ ਸਨ। ਕਰਤਾਰ ਉਸਦੇ ਪਿਤਾ ਦੀ ਥਾਂ ਸੀ ਤੇ ਭਰਾ ਵੀ, ਤੇ ਕਰਤਾਰ ਸਿੰਘ ਜਾਗੀਰਪੁਰ ਨੂੰ ਆਪਣੀਆਂ ਟੁੰਮਾਂ ਦੇਣ ਲਈ ਕਹਿ ਰਿਹਾ ਸੀ, ਠੀਕ ਹੈ। ਉਹ ਲੋਡੇ ਵੇਲੇ ਦਾ ਉਸਨੂੰ ਸਮਝਾ ਥੱਕਿਆ ਸੀ, ਪਰ ਉਹ ਕਹਿੰਦੀ ਸੀ ਮੇਰੇ ਅੱਗੇ ਕੀ ਸੀ ਰਹਿ ਗਿਆ, ਸਾਰਾ ਗਹਿਣਾ ਘਰੇ ਹੀ ਖਾਧਾ, ਹੁਣ ਇਹ ਵੀ, ਠੀਕ ਹੈ। ਮਤਲਬ ਹੁਣ ਉਹਨੇ ਮਾਰਿਆ ਕਿਉਂ ਸੀ, ਹੁਣ ਅਮਰੀਕ ਨੂੰ ਸੱਚਾਈ ਦਾ ਪਤਾ ਲੱਗਾ ਕਿ ਕਰਤਾਰ ਸਿੰਘ ਦੀ ਇੱਕ ਭੈਣ ਸੀ ਕੱਲੀ ਕੱਲੀ, ਉਹਦੀਆਂ ਦੋ ਕੁੜੀਆਂ ਦਾ ਵਿਆਹ ਸੀ, ਠੀਕ ਹੈ। ਤੇ ਉਹ ਕਹਿ ਰਹੀ ਸੀ ਆਪਣੇ ਭਰਾ ਨੂੰ ਕਿ ਮੈਂ ਕਿਹੜਾ ਰੋਜ਼ ਰੋਜ਼ ਕੁੜੀਆਂ ਵਿਆਹਣੀਆਂ ਹੈ। ਤੇ ਉਹ ਆਪਣੇ ਹੁੰਦਾ ਹੈ ਨਾ ਕਿ ਪਿਤਾ ਦੇ ਜਾਣ ਤੋਂ ਬਾਅਦ ਜਿਹੜਾ ਭਰਾ ਹੁੰਦਾ ਉਹ ਸਾਰੇ ਰਿਸਪੋਂਸਿਬਿਲਟੀ ਸੰਭਾਲਦਾ, ਤੇ ਕਰਤਾਰ ਸਿੰਘ ਪਿਤਾ ਦੀ ਥਾਂ ਤੇ ਸੀ ਤੇ ਉਹਨੂੰ ਲੱਗਦਾ ਸੀਗਾ ਕਿ ਇਹ ਨਾਨਕੀ ਛੱਕ, ਨਾਨਕੀ ਛੱਕ ਸਮਝਦੇ ਹੋ ਕਿ ਮਤਲਬ ਹੁੰਦਾ ਹੈ ਕਿ ਜਿਹੜੇ ਨਾਨਕੇ ਪਰਿਵਾਰ ਵਾਲੇ ਹੁੰਦੇ ਨੇ ਨਾ, ਜਦੋਂ ਉਹਦੇ ਅੱਗੋਂ ਦੀ ਕੁੜੀ ਦੇ ਬੱਚਿਆਂ ਦਾ ਵਿਆਹ ਹੋਵੇ, ਠੀਕ ਹੈ, ਤੇ ਉਹ ਖਰਚਾ ਵਗੈਰਾ ਕਰਦੇ ਨੇ, ਠੀਕ ਹੈ। ਜਿਸ ਤਰ੍ਹਾਂ ਟੁੰਮਾ ਮੀਨਸ ਗਹਿਣੇ ਵਗੈਰਾ, ਕਈ ਹੁੰਦਾ ਹੈ ਕਿ ਸੋਨੇ ਦੀਆਂ ਚੀਜ਼ਾਂ ਵਗੈਰਾ ਪਾਉਂਦੇ ਨੇ, ਕਈ ਹੁੰਦਾ ਹੈ ਕਿ ਅੱਗੋਂ ਰਿਸ਼ਤੇਦਾਰਾਂ ਨੂੰ ਕੱਪੜੇ ਵਗੈਰਾ ਦੇਣੇ ਹੁੰਦੇ ਨੇ। ਇਹ ਮਤਲਬ ਰੀਤੀ ਰਿਵਾਜ਼ ਜਿਹੜੇ ਨੇ ਨਾ, ਇਹ ਹਲੇ ਤੱਕ ਵੀ ਚੱਲੀ ਜਾ ਰਹੇ ਨੇ, ਠੀਕ ਹੈ। ਪਰ ਇੱਦਾਂ ਹੋਣਾ ਨਹੀਂ ਚਾਹੀਦਾ, ਐਨੀ ਹਾਓ ਰੀਤੀ ਰਿਵਾਜ਼ ਬਣੇ ਹੋਏ ਨੇ ਤਾਂ ਆਪਾਂ ਕੁਛ ਨਹੀਂ ਕਹਿ ਸਕਦੇ, ਠੀਕ ਹੈ। ਉਹਨੂੰ ਬੋਲਦੇ ਆ ਨਾਨਕੀ ਛੱਕ, ਠੀਕ ਹੈ। ਤੇ ਇਸੇ ਤਰ੍ਹਾਂ ਹੀ ਉਹਨੂੰ ਵੀ ਲੱਗਦਾ ਸੀਗਾ ਕਿ ਹੁਣ ਉਹਦਾ ਪਿਓ ਤਾਂ ਰਿਹਾ ਨਹੀਂ, ਕਰਤਾਰ ਸਿੰਘ ਹੈ ਤੇ ਕਰਤਾਰ ਸਿੰਘ ਸਾਰੀ ਰਿਸਪੋਂਸਿਬਿਲਟੀ ਨਿਭਾਏਗਾ। ਤੇ ਕਰਤਾਰ ਸਿੰਘ ਵੀ ਆਪਣੀ ਭੈਣ ਦਾ ਸਿਰ ਨੀਵਾਂ ਨਹੀਂ ਸੀ ਹੋਣ ਦੇਣਾ ਚਾਹੁੰਦਾ, ਇਸ ਲਈ ਉਹਨੇ ਆਪਣੀ ਪਤਨੀ ਜਾਗੀਰ ਕੌਰ ਤੋਂ ਉਹਨੂੰ ਕਿਹਾ ਸੀਗਾ ਕਿ ਤੂੰ ਤੇਰੇ ਕੋਲ ਜਿੰਨੇ ਵੀ ਗਹਿਣੇ ਪਏ ਨੇ ਤੂੰ ਮੈਨੂੰ ਦੇ ਦੇ। ਪਰ ਅੱਗੋਂ ਦੀ ਜਾਗੀਰ ਕੌਰ ਮਨਾ ਕਰ ਰਹੀ ਸੀ, ਉਹ ਵੀ ਆਪਣੀ ਜਗ੍ਹਾ ਤੇ ਸਹੀ ਸੀ, ਉਹਨੂੰ ਲੱਗਦਾ ਸੀਗਾ ਕਿ ਮੈਂ ਗਹਿਣੇ ਕਿਉਂ ਦਵਾਂ, ਲੈ ਦੇ ਕਿ ਮੇਰੇ ਕੋਲ ਬਸ ਇਹੀ ਬੱਚਿਆ ਹੈ, ਜੇ ਮੈਂ ਉਹ ਵੀ ਦੇਤਾ ਤੇ ਫਿਰ ਉਹਦੇ ਕੋਲ ਕੁਛ ਨਹੀਂ ਬਚਣਾ, ਤੇ ਇਸ ਲਈ ਉਹਨੇ ਉਹਨੂੰ ਘੁੱਟਿਆ ਸੀ, ਠੀਕ ਹੈ। ਇਹਦੇ ਵਿੱਚ ਵੀ ਇੱਕ ਕੁਐਸਚਨ ਬਣ ਸਕਦਾ ਹੈ, ਕਰਤਾਰ ਸਿੰਘ ਭੈਣ ਦਾ ਖੱਤ ਆਉਣ ਤੇ ਚਿੰਤਾ ਵਿੱਚ ਕਿਉਂ ਸੀ, ਕਰਤਾਰ ਸਿੰਘ ਭੈਣ ਦਾ ਖੱਤ ਆਉਣ ਤੇ ਚਿੰਤਾ ਵਿੱਚ ਕਿਉਂ ਸੀ, ਠੀਕ ਹੈ, ਕਿਉਂ ਸੀ, ਐਨੀ ਵਨ? ਕਰਤਾਰ ਸਿੰਘ ਭੈਣ ਦਾ ਖੱਤ ਆਉਣ ਤੇ ਚਿੰਤਾ ਵਿੱਚ ਕਿਉਂ ਸੀ, ਕਿਉਂ ਸੀ ਚਿੰਤਾ ਵਿੱਚ, ਉਹ ਦੱਸੇਗਾ ਕੋਈ? ਨੋ ਵਨ, ਕੋਈ ਨੀ ਦੱਸੇਗਾ,
वेट अरमान मैम करता सिंह चिंता में इसलिए सी क्योंकि उसको ना ही कोई पैसा सेगा क्योंकि उसने सारा पैसा नशिया या शराबा ते लगाता सी इसलिए जब उसने जगीर कौर को गेड़े मंगे तो उसने मना करता तो उसको गुस्सा चढ़ गया इसलिए शराब पी के उसने आके कुटन लगा ठीक है गुड नेक्स्ट है कि अमरीक नूं समझ नहीं सी आ रही कि मां गहने ना दे के माड़ी कर रही सी या प्यो गहने मंग के माड़ी कर रहा सी ते इस उधेड़ बुन विच उसकी अख लग गई भुआ दियां कुड़ियां दे व्याह नजुठे गए सन नजुठे मतलब उहदे व्याह हो गए सन दसां विचों दो किले गहने धार दिते गए ठीक है हुण उहनां दी जमीन किन्नी सीगी दस किले ठीक है टोटल जमीन दस किले सी जिहदे विच उहदी दो किले जदों भुआ दियां कुड़ियां दे व्याह सी उदों गहने पा दित्ती करतार सिंह दी शराब पीन दी आदत वध गई सी पीना ते जिवें उसदा नेम बन गया सी डेली उह पींदा सी उह शराब नाल गुट घर आउंदा फिर उस अफीम भी खानी शुरू कर दित्ती हौली हौली उह आदत दा गुलाम हुंदा गया घरदियां ते रिश्तेदारां दे कई वार समझाउण ते उस कोशिश भी कीती कि छड्ड देवे पर अमल तां जिवें उहदे हड्डां विच रच गया सी मतलब एक वार जिहड़ा बंदा नशे विच पै जांदा है ਉਹਦੇ ਲਈ ਛੱਡਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਕਿਉਂਕਿ ਉਹਦੇ ਸਰੀਰ ਨੂੰ ਇੰਨੀ ਕੁ ਆਦਤ ਬਣ ਜਾਂਦੀ ਹੈ ਨਸ਼ੇ ਦੀ ਉਹਦਾ ਸਰੀਰ ਰਹਿ ਨਹੀਂ ਸਕਦਾ ਠੀਕ ਹੈ ਇਹੀ ਹਾਲ ਕਰਤਾਰ ਸਿੰਘ ਦਾ ਸੀਗਾ ਅਮਰੀਕ ਦੇ ਵਹਿੰਦਿਆਂ 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 ਮਤਲਬ ਦੇਖਦਿਆਂ ਦੇਖਦਿਆਂ ਕੁਝ ਸਾਲਾਂ ਵਿੱਚ ਹੀ ਉਸਦਾ ਪਿਓ ਨਸ਼ਿਆਂ ਕਰਕੇ ਬੁੱਢਾ ਹੋ ਗਿਆ ਸੀ ਘਰ ਵਿੱਚ ਹਰ ਵੇਲੇ ਖਿੱਚ ਗੁੱਸੇ ਤੇ ਤਣਾਅ ਦਾ ਮਾਹੌਲ ਬਣਿਆ ਰਹਿੰਦਾ ਇੰਝ ਹੌਲੀ ਹੌਲੀ ਕਰਜ਼ਾ ਉਹਨਾਂ ਦੇ ਸਿਰ ਚੜਦਾ ਗਿਆ ਜਗੀਰ ਕੌਰ ਚਾਹੁੰਦਿਆਂ ਹੋਇਆ ਵੀ ਦਰਿਆ ਜਾਂ ਖੂਹ ਵਿੱਚ ਡੁੱਬ ਕੇ ਨਹੀਂ ਸੀ ਮਰੀ ਹੁਣ ਉਹ ਘਰ ਵਿੱਚ ਹੀ ਹਰ ਘੜੀ ਗੋਤੇ ਖਾਂਦੀ ਡੁੱਬਦੀ ਮਰਦੀ ਸੀ ਹਰ ਰੋਜ਼ ਉਹ ਏਦਾਂ ਹੀ ਦੁੱਖ ਦੀ ਘੜੀ ਦੇ ਵਿੱਚ ਜਿਉਂਦੀ ਸੀ ਕਰਤਾਰ ਸਿੰਘ ਦਾ ਪਿੰਡ ਵਿੱਚ ਪਹਿਲਾਂ ਵਾਲਾ ਮਾਣ ਤੇ ਇੱਜ਼ਤ ਨਹੀਂ ਸੀ ਰਹਿ ਗਿਆ ਹੌਲੀ ਹੌਲੀ ਅੱਤ ਚੰਗਾ ਲੱਗਣ ਵਾਲਾ ਪਿਓ ਅਮਰੀਕ ਦੀਆਂ ਨਜ਼ਰਾਂ ਵਿੱਚੋਂ ਡਿੱਗ ਪਿਆ ਸੀ ਤੇ ਉਹ ਆਪਸ ਵਿੱਚ ਤਣੇ ਤਣੇ ਰਹਿੰਦੇ ਸਨ ਠੀਕ ਹੈ ਉਹ ਖਿਜੇ ਖਿਜੇ ਰਹਿੰਦੇ ਸਨ ਇੱਕ ਦੂਸਰੇ ਨਾਲ ਉਹ ਗੱਲਬਾਤ ਘੱਟ ਹੀ ਕਰਦੇ ਸਨ ਰਤਾ ਕੂ ਰਗੜ ਲੱਗਣ ਤੇ ਉਹਨਾਂ ਵਿਚਲਾ ਬਾਰੂਦ ਜਿਵੇਂ ਫੱਟ ਜਾਣ ਲਈ ਕਾਲਾ ਹੋ ਰਹਿੰਦਾ ਤੇ ਇਹ ਬਾਰੂਦ ਉਸ ਦਿਨ ਫੱਟ ਹੀ ਪਿਆ ਜਦੋਂ ਵੱਡੀ ਕੁੜੀ ਬੰਸੋ ਦਾ ਸਾਕ ਠੀਕ ਹੈ ਹੁਣ ਵੱਡੀ ਕੁੜੀ ਦਾ ਨਾਮ ਕੀ ਹੈ ਬੰਸੋ ਸਿਰਫ ਇਹਦੇ ਵਿੱਚ ਵੱਡੀ ਕੁੜੀ ਦਾ ਨਾਮ ਹੀ ਦੱਸਿਆ ਹੋਇਆ ਹੈ ਕਰਤਾਰ ਸਿੰਘ ਦੀ ਕੁੜੀ ਹੈ ਬੰਸੋ ਠੀਕ ਹੈ ਟੋਟਲ ਉਹਦੀਆਂ ਤਿੰਨ ਕੁੜੀਆਂ ਨੇ ਦੋ ਕੁੜੀਆਂ ਦਾ ਵਿਆਹ ਕਰਤਾਰ ਸਿੰਘ ਆਪਣੇ ਹੱਥੀ ਕਰਕੇ ਗਿਆ ਸੀ ਤੇ ਇੱਕ ਕੁੜੀ ਹੱਲੇ ਛੋਟੀ ਸੀ ਜੋ ਕਿ ਹੱਲੇ ਪੜ੍ਹ ਰਹੀ ਸੀ ਠੀਕ ਹੈ ਤਿੰਨ ਕੁੜੀਆਂ ਤੇ ਦੋ ਮੁੰਡੇ ਠੀਕ ਹੈ ਜਦੋਂ ਉਹਦੇ ਲਈ ਸਾਕ ਮਤਲਬ ਬੰਸੋਲੀ ਰਿਸ਼ਤਾ ਆਇਆ ਤੇ ਜਦੋਂ ਮੁੰਡੇ ਵਾਲਿਆਂ ਨੂੰ ਇਹ ਪਤਾ ਲੱਗਾ ਕਿ ਉਹਦਾ ਪਿਤਾ ਤੇ ਸ਼ਰਾਬ ਪੀਂਦਾ ਰਹਿੰਦਾ ਹੈ ਤੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਤੇ ਜਿੰਨੀ ਵੀ ਉਹਦੇ ਕੋਲ ਜ਼ਮੀਨ ਹੈ ਉਹ ਵੀ ਉਹ ਗਹਿਣੇ ਪਾ ਕੇ ਬੈਠਾ ਹੋਇਆ ਹੈ ਤੇ ਉਹ ਤਾਂ ਖੁਦ ਆਪਣੇ ਪਿਓ ਦੇ ਪੈਸਿਆਂ ਤੇ ਐਸ਼ ਕਰਦਾ ਸੀ ਤੇ ਇਸ ਲਈ ਉਹਨਾਂ ਦਾ ਸਾਕ ਜਿਹੜਾ ਸੀ ਰਿਸ਼ਤਾ ਸੀ ਉਹ ਟੁੱਟ ਗਿਆ ਸੀ ਠੀਕ ਹੈ ਤੇ ਫਿਰ ਉਹਨਾਂ ਦੋਨਾਂ ਵਿੱਚ ਝਗੜਾ ਹੋ ਗਿਆ ਅਮਰੀਕ ਸਿੰਘ ਤੇ ਕਰਤਾਰ ਸਿੰਘ ਵਿੱਚ ਹੁਣ ਉਹਨੂੰ ਕਹਿੰਦਾ ਕੀ ਹੈ ਅਮਰੀਕ ਸਿੰਘ ਇਸ ਗੱਲ ਨੂੰ ਖਿੱਜ ਕੇ ਝਗੜਿਆ ਸੀ ਤਾਂ ਕਰਤਾਰ ਸਿੰਘ ਨੇ ਅੱਗੋਂ ਜਵਾਬ ਦਿੱਤਾ ਮੈਂ ਆਪਦੇ ਪਿਓ ਦੀ ਜਾਇਦਾਦ ਖਾਨਾ ਓਏ ਮੈਂ ਨਹੀਂ ਕਿਸੇ ਕੰਜਰ ਦੇ ਆਖਿਆ ਹਟਣਾ ਮੈਂ ਤੈਨੂੰ ਦਿੰਦਾ ਕੀ ਹਾਂ ਤੂੰ ਮੈਨੂੰ ਕੀ ਦਿੰਦਾ ਹੈ ਕਰਤਾਰ ਸਿੰਘ ਅਮਰੀਕ ਸਿੰਘ ਨੂੰ ਕੀ ਕਹਿੰਦਾ ਆ ਤੂੰ ਮੈਨੂੰ ਦਿੰਦਾ ਹੀ ਕੀ ਹੈ ਕਦੇ ਟਕਾ ਵੀ ਮੇਰੇ ਹੱਥ ਤੇ ਧਰਿਆ ਏ ਬਣਿਆ ਫਿਰਦਾ ਵੱਡਾ ਦਨਾ ਤੇ ਅਮਰੀਕ ਚੁੱਪ ਕਰ ਗਿਆ ਸੀ ਭਾਵੇਂ ਉਹ ਆਪਣੀ ਅੱਧੀ ਤਨਖਾਹ ਘਰ ਦਿੰਦਾ ਸੀ ਤੇ ਉਹ ਘਰ ਵਿੱਚ ਹੀ ਵਰਤੀ ਜਾਂਦੀ ਸੀ ਪਰ ਕਰਤਾਰ ਸਿੰਘ ਨੂੰ ਇਸ ਗੱਲ ਦਾ ਇਤਰਾਜ਼ ਸੀ ਕਿ ਉਹ ਆਪਣੀ ਤਨਖਾਹ ਆਪਣੀ ਮਾਂ ਦੇ ਹੱਥ ਤੇ ਧਰਦਾ ਹੈ ਉਸਨੂੰ ਕਿਉਂ ਨਹੀਂ ਦਿੰਦਾ ਇਸ ਲਈ ਉਸਦੇ ਉੱਤੇ ਕਿਸੇ ਦਾ ਕੋਈ ਅਹਿਸਾਨ ਨਹੀਂ ਠੀਕ ਹੈ ਇਹਦੇ ਵਿੱਚ ਵੀ ਇੱਕ ਕੁਐਸਚਨ ਬਣ ਸਕਦਾ ਹੈ ਕਰਤਾਰ ਸਿੰਘ ਹਮੇਸ਼ਾ ਅਮਰੀਕ ਸਿੰਘ ਤੋਂ ਕਿਉਂ ਖਿੱਚਿਆ ਰਹਿੰਦਾ ਸੀ ਕਰਤਾਰ ਸਿੰਘ ਅਮਰੀਕ ਸਿੰਘ ਤੋਂ ਹਮੇਸ਼ਾ ਕਿਉਂ ਖਿੱਚਿਆ ਰਹਿੰਦਾ ਸੀ ਕਿਉਂਕਿ ਉਹਨੂੰ ਲੱਗਦਾ ਸੀ ਕਿ ਅਮਰੀਕ ਸਿੰਘ ਚਾਹੇ ਸਰਕਾਰੀ ਨੌਕਰੀ ਕਰਦਾ ਹੈ ਪਰ ਉਹ ਤਨਖਾਹ ਜਿਹੜੀ ਹੈ ਉਹ ਆਪਣੀ ਮਾਂ ਜਾਗੀਰ ਕੌਰ ਦੇ ਹੱਥ ਤੇ ਰੱਖਦਾ ਸੀ ਹਮੇਸ਼ਾ ਤੇ ਕਰਤਾਰ ਸਿੰਘ ਨੂੰ ਕਦੀ ਵੀ ਤਨਖਾਹ ਨਹੀਂ ਸੀ ਦਿੰਦਾ ਤੇ ਉਹ ਏਦਾਂ ਹੀ ਉਹਦੇ ਨਾਲ ਖਿੱਚਿਆ ਰਹਿੰਦਾ ਸੀ ਤੇ ਉਹ ਕਹਿੰਦਾ ਸੀਗਾ ਕਿ ਮੈਂ ਤਾਂ ਆਪਣੇ ਪਿਓ ਦਾ ਖਾਨਾ ਹਾਂ ਠੀਕ ਹੈ ਤੂੰ ਕਿਹੜਾ ਮੈਨੂੰ ਕੁਛ ਦਿੰਦਾ ਹੈ ਠੀਕ ਇਸੇ ਕਰਕੇ ਉਹਨਾਂ ਦੋਨਾਂ ਵਿੱਚ ਹਮੇਸ਼ਾ ਲੜਾਈ ਹੁੰਦੀ ਰਹਿੰਦੀ ਸੀ
वे पुत्ता तेरी आई मैं मर जांदी, वे मैनू रोलन नू छड गया तुर गया मेरिया छिंदिया पुत्ता। हुण उहदी दादी जिहड़ी है अमरीक दी दादी, हुण उह अपने मरे हुए पुत्तर नू याद करदी है कि तू मैनू किद्दां रुली हुई नू रोंदी हुई नू छड गया। ते मंजी ते हड्डियां दी मुठ बड़ी बुढड़ी दादी ने कीरने पौने शुरू कर दिते। दूजियां मंजियां तो कुड़ियां ने सिसकना शुरू कर दिता, कुड़ियां भी आईयां हुईयां सन, ठीक है, क्योंकि ये कहानी जिहड़ी है फ्लैशबैक च चल रही है। ਤੇ ਉਹ ਜਿਹੜੀਆਂ ਕੁੜੀਆਂ ਸਨ ਉਹ ਵੀ ਰੋਣ ਲੱਗ ਪਈਆਂ। ਹੈ ਕਮਲੀਆਂ ਤੁਸੀਂ ਕਿਉਂ ਰੋਂਦੀਆਂ ਜੇ ਤੁਹਾਡੇ ਵੀਰ ਜਿਉਂਦੇ ਰਹਿਣ, ਤੁਹਾਨੂੰ ਕਿਸ ਗੱਲ ਦਾ ਘਾਟਾ? ਜਾਗੀਰ ਕੌਰ ਨੇ ਰੋਂਦੀਆਂ ਕੁੜੀਆਂ ਨੂੰ ਬੁੱਕਲ ਵਿੱਚ ਲੈ ਕੇ ਕਿਹਾ, ਇਹਨਾਂ ਦੀ ਸੁੱਖ ਮੰਗੋ, ਤੁਹਾਨੂੰ ਦੋਹਾਂ ਨੂੰ ਤੇ ਉਹ ਵਿਆਹ ਗਿਆ, ਆ ਜਿਹੜੀ ਨਿੱਕੀ ਅਜੇ ਰਹਿੰਦੀ ਹੈ ਤੇ ਆ ਫੂ ਭਰ ਮੁੰਡਾ ਮਹਿੰਦਰ, ਠੀਕ ਹੈ, ਕਰਤਾਰ ਸਿੰਘ ਦਾ ਛੋਟਾ ਭਰਾ। ਉਦੋਂ ਹਲੇ ਉਹ ਛੋਟਾ ਹੀ ਸੀਗਾ ਤੇ ਉਹਨੂੰ ਹਲੇ ਪਤਾ ਨਹੀਂ ਸੀਗਾ ਕਿ ਮੈਂ ਕਿੱਦਾਂ ਆਪਣੀ ਜ਼ਿੰਮੇਵਾਰੀ ਸਾਂਭਣੀ ਹੈ, ਠੀਕ ਹੈ। ਤੇ ਉਹ ਆਪ ਵੀ ਫਿੱਸ ਪਈ, ਨਾ ਬੀਬੀ ਸਾਨੂੰ ਆਇਆਂ ਨੂੰ ਸਿਰ ਤੇ ਪਿਆਰ ਦੇ ਕੇ ਕੌਣ ਗੱਲ ਲਾਇਆ ਕਰੂ, ਸਾਡੀਆਂ ਰੀਝਾਂ ਕੌਣ ਪੂਰੀਆਂ ਕਰਿਆ ਕਰੂ। ਵੱਡੀ ਕੁੜੀ ਦੀ ਲੇਰ ਨਿਕਲ ਗਈ, ਵੱਡੀ ਕੁੜੀ ਰੋਣ ਲੱਗ ਪਈ ਸੀਗੀ। ਅਮਰੀਕ ਗੁੰਮਸੁੰਮ ਹੋਇਆ ਬੈਠਾ ਰਿਹਾ, ਉਹਦਾ ਜੀ ਕੀਤਾ ਉਹਨੂੰ ਚੁੱਪ ਕਰਾਵੇ, ਪਰ ਉਹਨੂੰ ਮਹਿਸੂਸ ਕੀਤਾ ਜੇ ਉਹ ਬੋਲਿਆ ਤਾਂ ਉਸਦਾ ਰੋਣਾ ਨਿਕਲ ਜਾਵੇਗਾ। ਇਹ ਕੀ ਵਕਤ ਪਾ ਗਿਆ ਸੀ ਉਸਦਾ ਪਿਓ, ਹੁਣ ਉਹ ਫਲੈਸ਼ਬੈਕ ਤੋਂ ਵਾਪਿਸ ਆ ਗਏ ਨੇ, ਠੀਕ ਹੈ। ਫਲੈਸ਼ਬੈਕ ਉੱਥੇ ਤੱਕ ਹੀ ਸੀ ਜਦੋਂ ਭੂਆ ਦੀਆਂ ਕੁੜੀਆਂ ਦਾ ਵਿਆਹ ਕਰਕੇ ਤੇ ਉਹਨੇ ਜ਼ਮੀਨ ਗਹਿਣੇ ਪਾ ਦਿੱਤੀ ਸੀਗੀ, ਠੀਕ ਹੈ। ਤੇ ਫਿਰ ਉਹ ਆਪਣੇ ਪਿਤਾ ਦੀਆਂ ਗੱਲਾਂ ਨੂੰ ਯਾਦ ਕਰਦਾ ਕਿ ਕਿਸ ਤਰ੍ਹਾਂ ਉਹਦਾ ਪਿਤਾ ਉਹ ਤੋਂ ਖਿਜਿਆ ਰਹਿੰਦਾ ਸੀਗਾ। ਫਿਰ ਉਹ ਹੁਣ ਪ੍ਰੈਜੈਂਟ ਵਿੱਚ ਫਿਰ ਆ ਗਏ ਜਦੋਂ ਉਹ ਸੰਸਕਾਰ ਕਰਕੇ ਆਪਣੇ ਪਿਤਾ ਦਾ ਆਏ ਸਨ। ਤੇ ਉਹ ਸ਼ਾਮ ਨੂੰ ਉਹ ਸਾਰੇ ਜਣੇ ਬੈਠੇ ਰੋ ਰਹੇ ਸਨ, ਠੀਕ ਹੈ। ਤੇ ਜੇ ਅਮਰੀਕ ਆਪਣੀ ਭੈਣ ਨੂੰ ਚੁੱਪ ਕਰਾਉਂਦਾ ਤੇ ਉਹ ਕਹਿੰਦਾ ਸੀਗਾ ਕਿ ਮੇਰਾ ਵੀ ਸ਼ਾਇਦ ਰੋਣਾ ਨਿਕਲ ਜਾਵੇ। ਇਹ ਕੀ ਵਕਤ ਪਾ ਗਿਆ ਸੀ ਉਸਦਾ ਪਿਓ, ਇਮਾਰਤ ਹੇਠੋਂ ਜਿਵੇਂ ਵੱਡਾ ਥੰਮ ਖਿਸਕ ਗਿਆ ਹੋਵੇ ਤੇ ਸਾਰੀ ਇਮਾਰਤ ਡੋਲ ਰਹੀ ਹੋਵੇ। ਉਹਨੇ ਤਾਣਾ ਜਿਹਾ ਹੋ ਕੇ ਫਿਰ ਲੇਟ ਗਿਆ, ਧਿਆਨ ਪਾਸੇ ਪਾ ਕੇ ਉਹ ਘੜੀ ਦੁੱਖ ਤੋਂ ਮੂੰਹ ਮੋੜਨਾ ਚਾਹੁੰਦਾ ਸੀ, ਠੀਕ ਹੈ। ਪਰਿਵਾਰ ਦੇ ਸਾਰੇ ਜੀਅ ਵਾਰ ਵਾਰ ਉਸਦੀਆਂ ਨਜ਼ਰਾਂ ਅੱਗੇ ਗੁਜ਼ਰਨ ਲੱਗੇ, ਜਿਨ੍ਹਾਂ ਦੀ ਜ਼ਿੰਮੇਵਾਰੀ ਉਸਦੇ ਸਿਰ ਤੇ ਆ ਗਈ ਸੀ। ਭੈਣਾਂ ਨਾਲ ਭਰਾ ਦੇ ਨਾਲ ਨਾਲ ਪਿਓ ਦੀ ਥਾਂ ਵੀ ਵੱਟਣਾ ਸੀ। ਹੁਣ ਉਹਨੂੰ ਆਪਣੀ ਹੌਲੀ ਹੌਲੀ ਜ਼ਿੰਮੇਦਾਰੀ ਦਾ ਅਹਿਸਾਸ ਹੁੰਦਾ ਜਾ ਰਿਹਾ ਸੀਗਾ ਕਿ ਕਿੱਦਾਂ ਮੈਂ ਹਰ ਪਾਸੇ ਇੱਕ ਵੱਡੇ ਪੁੱਤ ਦੀ ਰਿਸਪੋਂਸੀਬਿਲਟੀ ਵੀ ਨਿਭਾਉਣੀ ਹੈ ਤਾਂ ਕਿ ਉਹਦੀ ਜਿਹੜੀ ਮਾਂ ਹੈ ਉਹਨੂੰ ਗੱਲਾਂ ਸੁਣਨ ਨੂੰ ਨਾ ਮਿਲਣ, ਠੀਕ ਹੈ। ਤੇ ਮੈਂ ਆਪਣੀਆਂ ਭੈਣਾਂ ਲਈ ਇੱਕ ਵੱਡੇ ਭਰਾ ਦੀ ਤੇ ਇੱਕ ਆਪਣੇ ਪਿਤਾ ਦੀ ਜ਼ਿੰਮੇਦਾਰੀ ਵੀ ਉਹਨੇ ਨਿਭਾਉਣੀ ਹੈ ਤਾਂ ਕਿ ਉਹਦੀਆਂ ਭੈਣਾਂ ਨੂੰ ਜਦੋਂ ਵੀ ਕਿਤੇ ਉਹਦੇ ਸਹੁਰੇ ਘਰ ਵਿੱਚ ਕੋਈ ਵੀ ਦੁੱਖ ਹੋਵੇ ਜਾਂ ਕੋਈ ਵੀ ਮਦਦ ਹੋਵੇ ਤਾਂ ਉਹ ਉਹਨਾਂ ਦੇ ਸਪੋਰਟ ਲਈ ਹਮੇਸ਼ਾ ਖੜਾ ਰਹੇ, ਠੀਕ ਹੈ। ਛੋਟੀ ਭੈਣ ਸੀ ਜਿਹਨੂੰ ਹੱਲੇ ਉਹ ਪੜ੍ਹ ਰਹੀ ਸੀ, ਉਹਨੂੰ ਪੜ੍ਹਾਉਣਾ ਵੀ ਸੀ, ਉਹਨੇ ਉਹਨੂੰ ਵਿਆਹੁਣਾ ਵੀ ਸੀਗਾ ਤੇ ਮਾਂ ਦੇ ਵੀ ਹਰ ਇੱਕ ਦੁੱਖ ਸੁੱਖ ਦਾ ਉਹਨੇ ਖਿਆਲ ਰੱਖਣਾ ਸੀ ਤਾਂ ਕਿ ਕੋਈ ਵੀ ਜਿਹੜੀ ਪਿੰਡ ਦੀ ਕੋਈ ਵੀ ਲੇਡੀ ਹੈ ਉਹ ਏਦਾਂ ਨਾ ਉਹਨੂੰ ਬੋਲੇ ਕਿ ਤੇਰੇ ਸਿਰ ਦਾ ਸਾਈਂ ਕਰਤਾਰ ਸਿੰਘ ਤੇਰੇ ਸਿਰ ਦਾ ਸਾਈਂ ਜਾ ਚੁੱਕਾ ਹੈ ਤੇ ਤੂੰ ਹਰ ਟਾਈਮ ਆਪਣੇ ਮੁੰਡਿਆਂ ਦੇ ਹੱਥਾਂ ਵੱਲ ਦੇਖੇਂਗੀ, ਠੀਕ ਹੈ। ਮੋਸਟਲੀ ਏਦਾਂ ਹੁੰਦਾ ਹੈ ਕਿ ਜਦੋਂ ਜਿਹੜਾ ਕਿਸੇ ਦਾ ਪਤੀ ਮਰ ਜਾਂਦਾ ਹੈ ਤੇ ਬਾਅਦ ਵਿੱਚ ਆ ਕੇ ਸਾਰੀਆਂ ਏਦਾਂ ਹੀ ਕਹਿੰਦੀਆਂ ਰਹਿੰਦੀਆਂ ਨੇ, ਠੀਕ ਹੈ, ਤੇ ਫਿਰ ਤੂੰ ਆਪਣੇ ਪੁੱਤਾਂ ਵੱਲ ਦੇਖੇਂਗੀ, ਤੂੰ ਆਪਣੀ ਮਰਜ਼ੀ ਦੇ ਨਾਲ ਖਾਂਦੀ ਸੀ ਪੀਂਦੀ ਸੀ, ਹੁਣ ਤੈਨੂੰ ਹਰ ਇੱਕ ਕੰਮ ਆਪਣੇ ਪੁੱਤਾਂ ਦੇ ਅਨੁਸਾਰ ਕਰਨਾ ਪਏਗਾ, ਠੀਕ ਹੈ। ਸੋ ਅਮਰੀਕ ਸਿੰਘ ਨਹੀਂ ਸੀ ਚਾਹੁੰਦਾ ਕਿ ਉਹਦੀ ਮਾਂ ਨੂੰ ਉਹਦੇ ਛੋਟੇ ਭਰਾ ਨੂੰ ਉਹਦੀਆਂ ਭੈਣਾਂ ਨੂੰ ਇਹ ਸਾਰੀਆਂ ਗੱਲਾਂ ਸੁਣਨੀਆਂ ਪੈਣ ਤੇ ਹੁਣ ਉਹਨੂੰ ਹੌਲੀ 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 ਜ਼ਿੰਮੇਵਾਰੀ ਦਾ ਅਹਿਸਾਸ ਹੋ ਰਿਹਾ ਸੀ ਤਾਂ ਸਾਰੇ ਚਿਹਰੇ ਉਹਦੇ ਅੱਖਾਂ ਦੇ ਆਲੇ ਦੁਆਲੇ ਘੁੰਮ ਰਹੇ ਸਨ, ਠੀਕ ਹੈ। ਇੱਥੋਂ ਤੱਕ ਹੀ ਅੱਜ ਆਪਾਂ ਰੀਡ ਕਰਾਂਗੇ, ਰਾਈਟ। ਤੇ ਉਸ ਤੋਂ ਬਾਅਦ ਵਿੱਚ ਫਿਰ ਥੋੜ੍ਹੀ ਜਿਹੀ ਰਹਿ ਗਈ ਸਟੋਰੀ, ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗੇਗਾ ਕਿ ਸਾਰੇ ਜਦੋਂ ਪੈਸੇ ਦੀ ਲੋੜ ਪਈ ਫਿਰ ਅਮਰੀਕ ਸਿੰਘ ਨੂੰ ਹੌਲੀ ਹੌਲੀ ਇਹ ਅਹਿਸਾਸ ਹੋਣਾ ਹੈ ਕਿ ਉਹਨੇ ਉਹ ਖੁਦ ਜ਼ਮੀਨ ਜਿਹੜੀ ਹੈ ਉਹ ਵਾਇਆ ਕਰੇ, ਪਰ ਅੱਗੋ ਅੱਗੋ ਗੱਲਾਂ ਗੱਲਾਂ ਵਿੱਚ ਉਹਨਾਂ ਨੂੰ ਪਤਾ ਲੱਗੀ ਜਾਣਾ ਕਿ ਜਿਹੜੀ ਜ਼ਮੀਨ ਬਚੀ ਹੋਈ ਸੀ ਉਹ ਵੀ ਉਹਦਾ ਪਿਓ ਜਿਹੜਾ ਸੀ ਉਹ ਗਹਿਣੇ ਪਾ ਕੇ ਤੁਰ ਗਿਆ ਸੀ, ਠੀਕ ਹੈ। ਤੇ ਬਾਅਦ ਵਿੱਚ ਉਹ ਕਹਿੰਦਾ ਹੈ ਕਿ ਤੁਸੀਂ ਮੈਥੋਂ ਗੱਲਾਂ ਨਾ ਲੁਕਾਓ, ਹੋਰ ਆਪਣੀਆਂ ਗੱਲਾਂ ਉਹ ਭੇਦ ਦੱਸਦੇ ਨੇ ਕਿ ਕਿੱਦਾਂ ਉਹਦਾ ਪਿਤਾ ਬਹੁਤ ਜ਼ਿਆਦਾ ਨਸ਼ੇ ਕਰਨ ਲੱਗ ਪਿਆ ਸੀ, ਘਰ ਦੇ ਭਾਂਡੇ ਵੀ ਵੇਚਣ ਲੱਗ ਪਿਆ ਸੀ, ਠੀਕ ਹੈ, ਕਿਉਂਕਿ ਜਿਹੜਾ ਬੰਦਾ ਨਸ਼ਿਆਂ 'ਚ ਪੈ ਰਹਿੰਦਾ ਫਿਰ ਉਹ ਭਾਂਡੇ ਵਗੈਰਾ ਵੀ ਵੇਚਣੇ ਸ਼ੁਰੂ ਕਰ ਦਿੰਦਾ ਹੈ। ਤੇ ਫਿਰ ਐਂਡ ਤੇ ਅਮਰੀਕ ਸਿੰਘ ਤੇ ਸਾਰਾ ਜਿਹੜਾ ਪਰਿਵਾਰ ਹੈ ਉਹ ਖੁਸ਼ ਹੁੰਦਾ ਹੈ ਕਿ ਸ਼ੁਕਰ ਹੈ ਕਿ ਉਹ ਪਹਿਲਾਂ ਹੀ ਚਲਾ ਗਿਆ, ਠੀਕ ਹੈ, ਤੇ ਨਹੀਂ ਤਾਂ ਜਿੰਨੀ ਜ਼ਮੀਨ ਸੀ ਉਹ ਗਹਿਣੇ ਪਾ ਕੇ ਉਹਨੇ ਚਲ ਜਾਣਾ ਸੀਗਾ, ਠੀਕ ਹੈ। ਜਿੰਨੇ ਵੀ ਕੁਐਸਚਨਸ ਨੇ ਇਹਨਾਂ ਨੂੰ ਲਿਖ ਲਿਓ ਤੇ ਬਾਕੀ ਜਿਹੜੀ ਥੋੜੀ ਜਿਹੀ ਸਟੋਰੀ ਰਹਿ ਗਈ ਉਹ ਆਪਾਂ ਫਿਰ ਰੀਡ ਕਰਾਂਗੇ, ਓਕੇ ਜੀ।